ਗੁਰਦਿਆਲ ਸਿੰਘ ਦਾ ਨੋਵਲ ਕੁਵੇਲਾ ਅਥਨੇ 4:30 ਵਜੇ ਜਾਗਾਈ ਤਾਂ ਉਸ ਵੇਲੇ ਖਿਆਲ ਆਇਆ ਕਿ ਸਕੂਲ ਦੇ ਮਾਮਲੇ 'ਚ ਕਈ ਜ਼ਰੂਰੀ ਗੱਲਾਂ ਕਰਨ ਲਈ 5 ਵਜੇ ਸੁਰਿੰਦਰ ਨੇ ਆਉਣਾ ਸੀ ਕੇਸਰੀ ਨੂੰ ਆਵਾਜ਼ ਮਾਰੀ ਤੇ ਮੂੰਹ ਹੱਥ ਧੋ ਕੇ ਕੇਸਵਾ ਕੇ ਚਾਹ ਪੀਣ ਪਿੱਛੋਂ ਸਮੇਂ ਸਿਰ ਦਫ਼ਤਰ 'ਚ ਆ ਗਈ ਆਦਤ ਅਨੁਸਾਰ ਐਨ ਸਮੇਂ ਸਿਰ ਸੁਰਿੰਦਰ ਕੁਮਾਰ ਆਇਆ ਤੇ ਥੱਕਿਆ ਥੱਕਿਆ ਉਹਦੇ ਸਾਹਮਣੇ ਕੁਰਸੀ ਤੇ ਆ ਬੈਠਾ ਚਿਹਰੇ ਉੱਤੇ ਮੁੜਕੇ ਦੇ ਤੁਪਕੇ ਉਹਨੇ ਪੂੰਝੇ ਨਹੀਂ ਸਨ ਤੇ ਮੱਥਾ ਧੁੱਪ ਨਾਲ ਸ਼ਾਹ ਕਾਲਾ ਹੋਇਆ ਜਾਪਦਾ ਸੀ ਅੱਖਾਂ ਦੇ ਹੀਟ ਕਾਲੇ ਦਾਗ ਤੇ ਪੁਤਲੀਆਂ ਧੁੰਦਲੀਆਂ ਜੀਆਂ ਜਾਪਦੀਆਂ ਸੀ ਇੰਉਂ ਲੱਗਦਾ ਜਿਵੇਂ ਬਾਹਰੋਂ ਫਿਰਦੇ ਆਏ ਹੁੰਨੇ ਹੋ ਹੀਰਾ ਦੇਵੀ ਨੇ ਹਮਦਰਦੀ ਨਾਲ ਪੁੱਛਿਆ ਹਾਂਜੀ ਕਿਧਰੇ ਬਾਹਰ ਗਏ ਸੀ ਜੀ ਨਹੀਂ ਅਜੀਬ ਆਪ ਤਾਂ ਸੰਸ ਨੇ ਇਸ ਬੰਦੇ ਦੀ ਸਧਾਰਨ ਤਾਂ ਲੋੜੋਂ ਵਾਦ ਇੱਕ ਵੀ ਸ਼ਬਦ ਨਹੀਂ ਸੀ ਬੋਲਦਾ ਪਰ ਜਦੋਂ ਰੌਂਚ ਹੁੰਦਾ ਤਾਂ ਬੋਲਣੋਂ ਹਟਦਾ ਹੀ ਨਹੀਂ ਸੀ ਚਾਹ ਪੀਓਗੇ ਲੋੜਤਾ ਹੈ ਉਸ ਵੇੜੇ ਚ ਜਾ ਕੇ ਕੇਸਰੀ ਨੂੰ ਆਜ਼ਮਾਰੀ ਤੇ ਚਾਹ ਲਈ ਕਹਿ ਕੇ ਮੋੜਾਈ ਜਿੱਤੋਂ ਖੁਸ਼ ਸੀ ਕਿ ਇਸ ਬਹਾਨੇ ਉਹਦੇ ਨਾਲ ਗੱਲਾਂ ਕਰਨ ਦਾ ਹੋਰ ਮੌਕਾ ਮਿਲ ਜਾਏਗਾ। ਹੁਣ ਤਾਂ ਹਾਲੇ ਸੀ ਕਿ ਉਹ ਜਿੱਦਣ ਆਇਆ ਸੀ ਕਦੇ ਅੱਧਾ ਘੰਟਾ ਵੀ ਉਸ ਨਾਲ ਸਧਾਰਨ ਗੱਲਾਂ ਨਹੀਂ ਸੀ ਕਰ ਸਕੀ। ਉਸ ਮੌਕਾ ਹੀ ਨਹੀਂ ਸੀ ਦਿੱਤਾ। ਆਨਸਰ ਪੜਾਉਣ ਲੱਗਦਾ ਸਕੂਲ ਬੰਦ ਹੋਣ ਸਰ ਵਾਪਸ ਚਲੇ ਜਾਂਦਾ। ਅੱਛਾ ਪਹਿਲਾਂ ਤਾਂ ਆਪਾਂ ਸਕੂਲ ਦੇ ਪ੍ਰਬੰਧ ਬਾਰੇ ਸੋਚੀਏ ਕਿ ਕੀ ਕਰਨਾ ਹੈ। ਉਮੜ ਕੁਰਸੀ ਤੇ ਆ ਕੇ ਬੈੰਦੇ ਆਂ ਕਿਆ ਮੈਂ ਸੋਚਿਆ ਕਿ ਮੈਨੂੰ ਬੱਚੇ ਪੜਾਉਣ ਦਾ ਕੰਮ ਹੀ ਮਿਲ ਜਾਏ ਤੇ ਤੁਸੀਂ ਸਾਰਾ ਦਫ਼ਤਰ ਸੰਭਾਲੋ। ਆਪਣੇ ਪੜ੍ਹਾਈ ਦੇ ਕੰਮ ਦੇ ਸਣੇ ਕਿ ਨਿਹਰਾ ਦਫ਼ਤਰੇ ਜਿਵੇਂ ਤੁਹਾਡੀ ਮਰਜ਼ੀ ਦੇਖੋ ਜੀ ਮਰਜ਼ੀ ਦਾ ਕੋਈ ਸਵਾਲ ਨਹੀਂ ਗੱਲ ਹੈ ਪ੍ਰੈਕਟੀਕਲ ਜੇ ਤੁਸੀਂ ਪੜ੍ਹਾਈ ਦੇ ਨਾਲੇ ਵਾਧੂ ਕੰਮ ਕਰਨ ਵਾਸਤੇ ਕਹੋਗੇ ਤਾਂ ਤਨਖਾਹ ਵਾਧੂ ਦੇਣੀ ਪਊਗੀ ਇਹ ਮੈਂ ਸਕੂਲ ਦੇ ਟਾਈਮ ਤੋਂ ਅੱਗੋਂ ਜਾਂ ਪਿੱਛੋਂ ਕਰਿਆ ਕਰਨਾ ਨਾਲ ਹੀ ਉਹ ਪੈਂਟ ਚੋ ਰੁਮਾਲ ਕੱਢਿਆ ਤੇ ਚਿਹਰੇ ਤੇ ਫੇਰ ਲਿਆ ਬੜਾ ਕੋਰਾ ਬੰਦਾ ਸੀ ਪਰ ਉਹਦੀ ਕਿਸੇ ਗੱਲ ਉੱਤੇ ਹੀਰਾ ਦੇਵੀ ਨੂੰ ਗੁੱਸਾ ਬਿਲਕੁਲ ਨਹੀਂ ਸੀ ਆਉਂਦਾ ਸਗੋਂ ਕਈ ਵਾਰ ਤਾਂ ਤਰਸ ਜਿਹਾ ਆਉਂਦਾ ਪਰ ਜੈਵ ਬੇਲੀਉ ਆਪਣੀ ਹਮਦਰਦੀ ਦਰਸਾਉਣ ਦਾ ਹੀਆ ਕਦੇ ਨਹੀਂ ਸੀ ਕਰ ਸਕੀ। ਉਸ ਵੇਲੇ ਜਿਵੇਂ ਸਹਿਮ ਵੀ ਆਉਂਦਾ ਸੀ ਅਜੇ ਮਾਮਲਿਆਂ ਚ ਉਤੋਂ ਜਿੰਨਾ ਨਰਮ ਲੱਗਦਾ ਸੀ ਅੰਦਰੋਂ ਉਦੋਂ ਵਧੇਰੇ ਸਖਤ ਸੀ। ਤਨਖਾ ਕਿੰਨੀ ਵਧੇਰੇ ਲਾਉਂਗੇ? ਘੱਟੋ-ਘੱਟ 50 ਰੁਪਏ ਘੱਟ ਨਹੀਂ ਵੱਧ ਹੋ ਸਕਦੀ ਐ। ਹੀਰਾ ਦੇਵੀ ਮੁਸਕਰਾਈ ਤੇ ਐਨਕ ਠੀਕ ਕਰਦੇ ਆ ਉਹਨੇ ਉਸ ਦੀਆਂ ਸਖਣੀਆਂ ਸਖਣੀਆਂ ਅੱਖਾਂ ਚ ਗੋਹ ਨਾਲ ਤੱਕਿਆ। ਉਦੇ ਚਿਹਰੇ ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਸੀ ਦਿੱਸਦਾ ਇਹ ਵੇਖਿਓ ਮੂੜ ਗੰਭੀਰ ਹੁੰਦਿਆਂ ਬੋਲੀ ਮਨਜ਼ੂਰ ਹੈ ਮੈਂ ਕੱਲ ਤੋਂ ਆਥਣ ਵੇਲੇ 1 ਘੰਟਾ ਦਫ਼ਤਰ ਦਾ ਕੰਮ ਕਰਿਆ ਕਰਾਂਗਾ ਪਹਿਲਾਂ ਕੰਮ ਆਪਾਂ ਇਹ ਕਰਨਾ ਹੈ ਪਹਿਲਾ ਕੰਮ ਆਪਾਂ ਇਹ ਕਰਨਾ ਹੈ ਕਿ ਸਰਕਾਰੀ ਮਨਜ਼ੂਰੀ ਲਈ ਕਾਗਜ਼ ਪੱਤਰ ਤਿਆਰ ਕਰਕੇ ਭੇਜਣੇ ਹਨ ਮੈਨੂੰ ਸਭ ਪਤਾ ਹੈ ਇਹਦਾ ਕੋਈ ਫਿਕਰ ਨਾ ਕਰੋ ਹੁਣ ਮੈਨੂੰ ਅੱਗੇ ਕੋਈ ਹੋਰ ਗੱਲ ਤਾਂ ਨਹੀਂ ਕਰਨੀ ਉਹ ਉੱਠਣ ਲਈ ਔਲਣ ਲੱਗਾ ਹੀਰਾ ਦੇਵੀ ਨੂੰ ਪਤਾ ਨਹੀਂ ਕਿਉਂ ਉਹਦਾ ਰੁੱਖਾਪਨ ਹੁਣ ਬੁਰਾ ਲੱਗਿਆ ਪਰ ਨਾਲ ਦੀ ਨਾਲ ਉਹ ਉਹਦੇ ਪ੍ਰਤੀ ਤਰਸ ਦੀ ਭਾਵਨਾ ਫੇਰ ਜਾਗ ਪਈ ਤੇ ਰੋਸ ਤੇ ਕਾਬੂ ਪਾਉਂਦੇ ਆ ਭੁੱਲੀ ਕਹਿ ਕੇ ਚਾਹ ਤਰਾਈ ਐ ਪੀਣੀ ਨਹੀਂ ਹੁਣ ਉਹ सुरेंद्र ਨੇ ਮੁੱਢ ਠੀਕ ਹੋ ਕੇ ਬੈੰਨੇ ਆ ਕਿਆ ਮੈਂ ਭੁੱਲ ਗਿਆ ਸੀ ਮਾਫ ਕਰਨਾ ਕਰ ਦਿੱਤਾ ਉਹ ਮੁਸਕਰਾਈ ਉਹ ਵੀ ਅੱਗੋਂ ਮੁਸਕਰਾਇਆ ਤੇ ਕੁਝ ਸੋਚ ਕੇ ਬੋਲਿਆ ਤੁਸੀਂ ਬੜੇ ਚੰਗੇ ਹੋ ਪਰ ਮੈਂ ਸਦਾ ਇਹ ਗੱਲ ਕਹਿਣੋਂ ਡਰਦਾ ਰਿਹਾ ਹੀਰਾ ਦੇਵੀ ਦੇ ਸਾਰੇ ਪਿੰਡੇ 'ਚ ਬਿਜਲੀ ਦੀ ਰੌਣਕ ਵਾਂਗ ਚਰਨਾਟ ਛਿੜੀ ਤੇ ਅੱਖਾਂ ਚਾਂਦ ਚੱਕੀ ਨਸ਼ਿਆ ਜਿਹੀਆਂ ਗਈਆਂ ਅੱਜ ਤੱਕ ਜਾਈ ਕਿਸੇ ਗੱਲ ਦਾ ਉਹਦੇ ਮਨ ਤੇ ਅਜੇ ਪ੍ਰਭਾਵ ਨਹੀਂ ਸੀ ਹੋਇਆ ਉਹ ਧੰਨਵਾਦ ਕਹਿਣਾ ਚਾਹੁੰਦੀਆਂ ਵੀ ਕੁਝ ਨਹੀਂ ਕਹਿ ਸਕੀ ਸਿਰਫ ਸੰਗਾਉ ਜੀ ਮੁਸਕਰਾਟ ਇੱਕ ਵਾਰੀ ਚਿਹਰੇ ਤੇ ਆਈ ਤੇ ਫਿਰ ਗਵਾਚ ਗਈ ਕਈ ਵਾਰੀ ਸੋਚਿਆ ਕਿ ਸੁਰਿੰਦਰ ਦਾ ਰੌਂ ਬਦਲ ਗਿਆ ਸੀ ਤੇ ਆਦਤ ਅਨੁਸਾਰ ਆਪ ਮੁਹਾਰੇ ਬੋਲਣ ਲੱਗ ਪਿਆ ਤੁਸੀਂ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ ਪਰ ਅਖੀਰ ਇਹੋ ਸਟਾਕ ਡਿਆ ਕਿ ਤੁਹਾਡੇ ਕੋਲ ਦਿਨ ਕੱਟੀ ਦਾ ਹੋਰ ਕੋਈ ਸਾਧਨ ਨਹੀਂ ਤੇ ਦਿਨ ਕੱਟੀ ਵਾਸਤੇ ਬਹੁਤ ਹੀ ਚੰਗਾ ਵਸੀਲਾ ਹੈ ਤੁਹਾਨੂੰ ਇਹ ਕਿਵੇਂ ਪਤਾ ਕਿ ਮੈਂ ਸਭ ਦਿਨ ਕੱਟੀ ਵਾਸਤੇ ਹੀ ਕਰਦੀ ਆ ਮੈਨੂੰ ਤਾਂ ਖੈਰ ਪਤਾ ਪਰ ਕੀ ਤੁਸੀਂ ਆਪ ਦੱਸ ਸਕਦੇ ਹੋ ਕਿ ਤੁਸੀਂ ਇਹ ਸਭ ਜੰਗਾਲ ਕਿਉਂ ਆਪਣੇ ਗਲ ਪਾਏ ਹੀਰਾ ਦੇ ਵਿੱਚ ਉਪ ਹੋ ਗਈ ਪਲਕੋ ਪਿੱਛੋਂ ਜੇਰਾ ਕਰਕੇ ਬੋਲੀ ਲੋਕਾਂ ਦਾ ਭਲਾ ਕਰਨਾ ਵੀ ਤਾਂ ਧਰਮਪੂਰਨ ਦਾ ਸਾਧਨ ਹੈ ਕੌਣ ਕਿਸੇ ਦਾ ਭਲਾ ਕਰਦਾ ਹੈ ਸ੍ਰਿੰਦਰ ਨੇ ਕੁਰਸੀ ਦੀ ਢੋ ਨਾਲ ਪਿੱਠ ਜੋੜਦਿਆਂ ਸਿਰ ਪਛਾਂ ਕਰ ਲਿਆ ਤੇ ਸੁੱਤੇ ਸਿੱਧੀ ਬੋਲੀ ਗਿਆ ਮਨੁੱਖ ਸਿਰਫ ਜਿਉਣ ਲਈ ਤਰਲੇ ਮਾਰਦਾ ਫਿਰਦਾ ਤੇ ਜਾਂ ਫਿਰ ਆਪਣੀ ਹੌਮੇ ਦੀ ਤਸੱਲੀ ਲਈ ਜਲੌਰ ਰਚਦਾ ਰਹਿੰਦਾ ਲੋਕਾਂ ਦੇ ਭਲੇ ਵਾਲੀ ਗੱਲ ਸਿਰਫ ਧੋਖ ਹੈ ਆਪਣੇ ਨਾਲ ਵੀ ਤੇ ਲੋਕਾਂ ਨਾਲ ਵੀ ਜਿਸ ਸਮਾਜ ਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਤਾਂ ਬਚਾਈ ਇਹ ਹੋਇਆ ਹੈ ਹੀਰਾ ਦੇਵੀ ਲਈ ਇਹ ਕਾਲੋਕਾਰ ਗੰਸੀ ਕੋਈ ਜਵਾਬ ਨਹੀਂ ਸੀ ਔੜ ਰਿਆ ਆਪਣੇ ਸਾਰੇ ਪੁਰਾਣੇ ਧਾਰਮਿਕ ਉਪਦੇਸ਼ ਗਿਆਨ ਤੇ ਤਰਕ ਤਾਂ ਉਹਨੂੰ ਜਿਵੇਂ ਬੜੇ ਚਿਰ ਦੇ ਵਿਸਰ ਚੁੱਕੇ ਸੀ ਕੇਸਰੀ ਚਾਹ ਲੈ ਆਈ ਨਾਲ ਖਾਣ ਲਈ ਪਲੇਟ 'ਚ ਕੁਝ ਰੱਖਿਆ ਹੋਇਆ ਸੀ ਇਹ ਕਿੱਥੋਂ ਲਿਆਂਦਾ ਹੀਰਾ ਦੇਵੀ ਨੇ ਪੁੱਛਿਆ ਪਰਸੋਂ ਜੀ ਉਹ ਲਿਆਏ ਸੀ ਕਿਧਰੇ ਕਿਸੇ ਵਿਆਹ ਵਾਲੇ ਘਰ ਕੰਮ ਕਰਨ ਗਏ ਸੀ ਉਹ ਕੌਣ ਸੁਰਿੰਦਰ ਨੇ ਹੈਰਾਨੀ ਨਾਲ ਪੁੱਛਿਆ ਇਹਦੇ ਪਤੀ ਦੇ ਹੀਰਾ ਦੇਵੀ ਨੇ ਮੁਸਕਰਾਉਂਦਿਆਂ ਕਿਹਾ ਉਹ ਸਲਾਈ ਦਾ ਕੰਮ ਕਰਦਾ ਹੈ ਨਾਲੇ ਸ਼ਾਇਦ ਤੁਹਾਨੂੰ ਪਤਾ ਨਹੀਂ ਇਹਨੇ ਬੜੀ ਦਲੇਰੀ ਕਰਕੇ ਆਪਣੇ ਪ੍ਰੇਮੀ ਨਾਲ ਗੰਧਰ ਵਿਆਹ ਕਰਵਾਇਆ ਸੁਰਿੰਦਰ ਨੇ ਸੰਗ ਨਾਲ ਅੱਖਾਂ ਝੁਕਾਈ ਖੜੋਤੀ ਕੇਸਰੀ ਵੱਲ ਸਿਰ ਤੋਂ ਪੈਰਾਂ ਤੱਕ ਵੇਖਿਆ ਭਰ ਜਵਾਨ ਸੋਹਣੀ ਮੁਟਿਆਰ ਲੱਗੀ ਨਿੱਕੀ ਬੁੰਦੀ ਦੀ ਸਾਵੀ ਪਾਪਲਿੰਦਾ ਸੂਟ ਤੇ ਚਿੱਟੀ ਚੁੰਨੀ ਰੂਪ ਨਿਖਰ ਨਿਖਰ ਪੈਂਦਾ ਸੀ। ਉਹਨੂੰ ਵੇਖ ਕੇ ਚਿੱਤ ਖੜ ਗਿਆ ਸੀ। ਪਲੇਟ 'ਚੋਂ ਸੁੱਕੀ ਜਿਹੀ ਬਰਫੀ ਦੀ ਟੁਕੜੀ ਚੁੱਕਦਿਆਂ ਬੋਲਿਆ, ਇਹ ਤਾਂ ਬੜੀ ਦਲੇਰੀ ਕੀਤੀ ਇਹਨਾਂ ਨੇ। ਨਾਲੇ ਹੁਣ ਵੇਖੋ ਨਾ ਦਿਨੋ ਦਿਨ ਰੂਪ ਚੜਦਾ ਆਉਂਦਾ ਹੈ। ਇਹ ਸੱਚੇ ਪਿਆਰ ਦੀ ਕਰਾਮਾਤ ਹੈ। ਕੇਸਰੀ ਸੱਚੀ ਵਿਹਾਲੀਆਂ ਵਾਂਗ ਸੰਗ ਗਈ ਤੇ ਚੁੰਨੀ ਦਾ ਪੱਲਾ ਮੂੰਹ ਤੇ ਲੈਂਦਿਆਂ ਪਾਸਾ ਮੋੜ ਕੇ ਬਾਹਰ ਚਲੀ ਗਈ। ਬੜੀ ਚੰਗੀ ਕੁੜੀ ਹੈ। ਹੀਰਾ ਦੇਵੀ ਨੇ ਚਾਹ ਚਾਪ ਆਉਂਦੀਆਂ ਕਿਆ ਪਰ ਜੇ ਅਜਿਹੀ ਦਲੇਰੀ ਨਾ ਕਰਦੀ ਤਾਂ ਬਹੁਤਾ ਚਿਰ ਚੰਗੀ ਨਹੀਂ ਸੀ ਰਹਿ ਸਕਦੀ ਕਿਉਂ ਕੱਲੀ ਔਰਤ ਨੂੰ ਵਰਤਮਾਨ ਸਮਾਜ ਦੇ ਲੋਕ ਸੁੱਖ ਨਾਲ ਕਦੇ ਨਹੀਂ ਜਿਉਣ ਦਿੰਦੇ ਕੀ ਮਤਲਬ ਤੁਹਾਡਾ ਮਤਲਬ ਤਾਂ ਸਿੱਧਾ ਹੈ ਤੁਸੀਂ ਹਰ ਵਿਧਵਾ ਤੇ ਹਰ ਔਰਤ ਨੂੰ ਆਪਣੀ ਤਕੜੀ ਚ ਨਾ ਤੋਲੋ ਹਰ ਔਰਤ ਲਈ ਬੰਦੇ ਦੇ ਆਸਰੇ ਤੋਂ ਬਿਨਾਂ ਦਿਨ ਕੱਟੀ ਕਰਨਾ ਬੜਾ ਮੁਸ਼ਕਲ ਹੈ ਨਾਲੇ ਤੁਹਾਨੂੰ ਵੀ ਆਪਣੇ ਬਾਰੇ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਆਪਣੀ ਪੁਰਾਣੀ ਦੁਨੀਆ 'ਚ ਰਹਿ ਕੇ ਤੁਸੀਂ ਸਾਰੀ ਉਮਰ ਸ਼ਾਇਦ ਆਰਾਮ ਨਾਲ ਕੱਟ ਸਕਦੇ। ਜਾਂ ਮੇਰਾ ਮੇਰੇ ਖਿਆਲ ਮੁਤਾਬਕ ਸਖਣੀ ਜੀ ਬੇਰਸ ਜ਼ਿੰਦਗੀ ਬਤਾ ਸਕਦੇ ਸੀ। ਪਰ ਜਿਹੜਾ ਕੰਮ ਤੁਸੀਂ ਸਿਹੇੜਿਆ ਇਸ 'ਚ ਬਹੁਤਾ ਚਿਰ ਨਹੀਂ ਕੱਟ ਸਕਦੇ। ਹੁਣੇ ਲੋਕੀ ਗੱਲਾਂ ਬਣਾਉਣ ਲੱਗ ਪਏ ਆ। ਕੱਲੀ ਔਰਤ ਲਈ ਕੋਈ ਕੰਮ ਵੀ ਕਰਨਾ ਸੌਖਾ ਨਹੀਂ। ਹੀਰਾ ਦੇਵੀ ਨੂੰ ਸੱਚੀ ਉਹਦੀਆਂ ਫਜ਼ੂਲ ਜੀਆਂ ਗੱਲਾਂ ਤੇ ਗਰੋਧ ਆ ਗਿਆ। ਉਹਨੂੰ ਕੋਈ ਕਰੜਾ ਜਵਾਬ ਦੇਣਾ ਚਾਹੁੰਦੀ ਸੀ ਪਰ ਪਤਾ ਨਹੀਂ ਕਿਉਂ ਹੌਸਲਾ ਨਹੀਂ ਸੀ ਪੈਂਦਾ। ਗੁੱਸਾ ਨਾ ਬਣਾਉਣਾ ਚਾਦੀ ਘੁੱਟ ਭਰ ਕੇ ਪਿਆਲੀ ਮੇਜ਼ ਤੇ ਧਰਦਿਆਂ ਉਹਵੇਂ ਆਪ ਮੁਹਾਰੇ ਫੇਰ ਬੋਲਣ ਲੱਗ ਪਿਆ ਮੈਂ ਪਿਛਲੇ ਮਹੀਨੇ ਤੋਂ ਤੁਹਾਡੇ ਬਾਰੇ ਬਹੁਤ ਕੁਝ ਜਾਣ ਲਿਆ ਏਸੇ ਦੇ ਆਧਾਰ ਤੇ ਈ ਕਰੜੀ ਗੱਲ ਕਹਿ ਰਿਹਾ ਜੇ ਤੁਸੀਂ ਰੱਜ ਕੇ ਜਿਉਣਾ ਤੇ ਇਹ ਧਾਰਮਿਕ ਤੌਰ ਤੇ ਝੂਠੀ ਕਹੀ ਜਾਂਦੀ ਦੇਹੀ ਨੂੰ ਕਿਸੇ ਅਰਥ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਕੇਸਰੀ ਵਰਗੀ ਦਲੇਰੀ ਕਰ ਲੈਣੀ ਚਾਹੀਦੀ ਆ ਤੁਹਾਡਾ ਇਸ ਨਾਲ ਕੀ ਵਾਸਤਾ ਹੀਰਾ ਦੇਵੀ ਤੋਂ ਗੁੱਸਾ ਕਾਬੂ ਨਹੀਂ ਸੀ ਹੋਇਆ ਵਾਸਤਾ ਸਿਰਫ ਇਹ ਹੋਇਆ ਕਿ ਮੈਂ ਤੁਹਾਡਾ ਮੁਲਾਜ਼ਮ ਆ ਮਾਲਕ ਦਾ ਭਲਾ ਚਾਹੁੰਦਾ ਇੱਥੋਂ ਦੇ ਲੋਕ ਤੁਹਾਨੂੰ ਬਹੁਤ ਚਿਰ ਇਹੋਂ ਨਹੀਂ ਰਹਿਣ ਦੇਣਗੇ ਦੋਈ ਰਾਹ ਦਿੱਸਦੇ ਆ ਜਾਂ ਕੇਸਰੀ ਵਾਂਗੂੰ ਦਲੇਰੀ ਕਰਨਾ ਤੇ ਜਾਂ ਫਿਰ ਇਹ ਸਭ ਅਡੰਬਰ ਛੱਡ ਛਡਾ ਕੇ ਮੂੜ ਅਗਿਆਤ ਵਾਸ ਧਾਰਨ ਕਰ ਲੈਣਾ ਭਾਵ ਸੰन्यास ਕਰ ਲੈਣਾ ਇਹ ਮੈਂ ਭਾਵੁਕਤਾ ਵਾਸ ਜਾਂ ਬਿਨਾਂ ਸੋਚੇ ਨਹੀਂ ਕਹਿ ਰਿਹਾ ਮੈਂ ਸਮਾਜ ਤੋਂ ਇਹਦੀ ਸੰਸਕ੍ਰਿਤੀ ਦਾ ਵੀ ਅਧਿਐਨ ਕੀਤਾ ਹੋਇਆ ਥੋਡੀ رائے ਵਾਸਤੇ ਧੰਨਵਾਦ ਪਰ ਇਨਾ ਗਾਂਵ ਵਧਨ ਦਾ ਤੁਹਾਡਾ ਹੱਕ ਨਹੀਂ ਹੱਕ ਦੀ ਗੱਲ ਤਾਂ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਪਰ ਤੁਹਾਨੂੰ ਜੇ ਮੇਰੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਣਾ ਉਹ ਤੱਤੀ ਚਾਹ ਦੇ ਵੱਡੇ ਵੱਡੇ ਦੋ ਤਿੰਨ ਘੁੱਟ ਭਰ ਕੇ ਪਿਆਲੀ ਮੇਜ਼ ਤੇ ਰੱਖਣਸਾਰ ਉੱਠ ਖੜੋਤਾ ਫਿਰ ਤੁਰਨ ਲੱਗਿਆ ਸਰਸਰੀ ਇਹ ਕਹਿ ਗਿਆ ਅੱਛਾ ਜੀ ਮੈਂ ਆਪਣੀ ਡਿਊਟੀ ਕੱਲ ਤੋਂ ਸੰਭਾਲ ਲਵਾਂਗਾ ਤੇ ਉਹ ਲੰਮੀਆਂ ਪਲਾਂਗਾ ਪਰਦਾ ਬਾਹਰ ਨਿਕਲ ਗਿਆ ਹੀਰਾ ਦੇਵੀ ਜਿਵੇਂ ਸੇਲ ਪੱਥਰ ਹੋ ਗਈ ਦਿਮਾਗ ਝੁੱਠੇ ਰੋਲੇ ਜੇ ਕਾਰਨ ਉਹਨੂੰ ਕੁਝ ਨਹੀਂ ਸੀ ਸੁਝ ਰਿਹਾ ਸੁਰਿੰਦਰ ਦੀ ਥੱਕੀ ਥੱਕੀ ਤੇ ਉਦਾਸੀ ਜੀ ਸ਼ਕਲ ਸੂਰਤ ਅੱਖਾਂ ਸਾਹਮਣੇ ਮੋੜ ਮੋੜ ਘੁੰਮਣ ਲੱਗ ਪਈ ਸੀ ਉਹ ਹੁਣ ਵੀ ਰਤਾ ਝੁੱਕ ਕੇ ਬੂਹੇ ਦੇ ਚਿੱਕ ਚੁਕਦੇ ਆ ਬਾਹਰ ਲੰਘ ਰਿਹਾ ਦਿਸਦਾ ਸੀ ਪਰ ਬਿੰਦ ਕ ਪਿੱਛੋਂ ਚੁੱਕੀ ਹੋਈ ਚਿੱਕ ਦੇ ਸਨ ਵਿੱਚੋਂ ਦੀ ਦੋ ਤਿੰਨ ਮੱਖੀਆਂ ਅੰਦਰ ਆਈਆਂ ਤੇ ਵਿੰਦੇ ਆ ਵਿੰਦੇ ਆ ਪਰਲੇ ਝੂਠੇ ਕੱਪ ਉਤੇ ਆ ਕੇ ਬੈਠ ਗਈਆਂ ਇੱਕ ਮੱਖੀ ਮਿੱਠੇ ਦੇ ਲਾਲਚ ਨਾਲ ਗਾਂ ਖਿਸਕਦੀ ਗਈ ਕੱਪ ਦੇ ਥੱਲੇ ਪਈ ਚਾਵਲ ਤੁਰੀ ਗਈ ਬਚੀ ਹੋਈ ਚਾਹ ਚ ਡੁੱਬ ਗਈ ਕਿੰਨਾ ਚਿਰ ਉਹ ਖੰਭ ਮਾਰਦੀ ਰਹੀ ਪਰ ਉੱਡਿਆ ਨਹੀਂ ਗਿਆ ਹੀਰਾ ਦੇਵੀ ਦਾ ਜੀ ਕੀਤਾ ਕੱਢ ਦੇਵੇ ਪਰ ਨਹੀਂ ਕੱਢ ਸਕੀ ਤੇ ਮੱਖੀ ਮਰ ਗਈ ਦੂਜੀਆਂ ਦੋ ਕੱਪ ਤੋੜ ਕੇ ਕਿਸੇ ਵਿਆਹ ਵਾਲੇ ਘਰ ਦੀ ਮਠਿਆਈ ਤੇ ਆ ਬੈਠੀਆਂ ਉਹ ਵੀ ਉਹਨੇ ਨਹੀਂ ਉਡਾਈਆਂ ਅਚਾਨਕ ਉਹਦੀ ਇੱਕ ਅੰਦਰੋਂ ਸੀਖ ਜਿਹਾ ਸਿਰ ਨੂੰ ਚੜਿਆ ਤੇ ਅੱਖਾਂ ਤਪਣ ਲੱਗੀਆਂ ਘਬਰਾਟ ਵੱਧ ਗਈ ਮੱਥੇ ਤੇ ਮੁੜਕੇ ਦੇ ਤੁਪਕੇ ਇਕੱਠੇ ਹੋਏ ਇਕੱਠੇ ਹੋਣ ਲੱਗ ਪਏ ਉਹ ਤਾਂ ਵੇਖਿਆ ਪੱਖਾ ਬੰਦ ਸੀ ਬਿਜਲੀ ਬੰਦ ਹੋ ਗਈ ਲੱਗਦੀ ਸੀ ਕੇਸਰਾ ਕਬਰਨੀ ਆਵਾਜ਼ ਮਰੀ ਤਾਂ ਕੇਸਰੀ ਨੇ ਏਉਂ ਹਾਂਜੀ ਕਿਹਾ ਕਿ ਜਵਾਬ ਦਿੱਤਾ ਜਿਵੇਂ ਕੋਲੇ ਦੇ ਨਾਲ ਹੀ ਖੜੀ ਹੋਵੇ ਤੂੰ ਉਦੋਂ ਹੀ ਉਦੋਂ ਦੀ ਇੱਥੇ ਖੜੋਤੀ ਸੀ ਉਸ ਘਬਰਾਟ ਨਾਲ ਉਸ ਵੱਲ ਤੱਕਦੇ ਆ ਪੁੱਛਿਆ ਨਹੀਂ ਜੀ ਮੈਂ ਤਾਂ ਹੁਣੇ ਆਈ ਆਈ ਸੀ ਭਾਂਡੇ ਚੱਕਣ ਮਾਸਟਰ ਜੀ ਚਲੇ ਗਏ ਹੂੰ ਸੁੱਖ ਦਾ ਸਾਹ ਲੈਂਦੇ ਆ ਹੀਰਾ ਦੇਵੀ ਨੇ ਕੁਰਸੀ ਦੀ ਢੋ ਨਾਲ ਪਿੱਠ ਜੋੜੀ ਤੇ ਛੱਤ ਵੱਲ ਨਿਗਾ ਮਾਰਦਿਆਂ ਲੰਮਾ ਹੋਕਾ ਭਰ ਕੇ ਕਿਹਾ ਬਿਜਲੀ ਉੱਤੇ ਵੀ ਨਹੀਂ ਇੱਥੇ ਨਹੀਂ ਤਾਂ ਉੱਤੇ ਵੀ ਨਹੀਂ ਹੋਣੀ ਜੀ ਕੱਪ ਟ੍ਰੇ ਚ ਰੱਖਦੇ ਆ ਕੇਸਰੀ ਨੇ ਮਠਿਆਈ ਵਾਲੀ ਪਲੇਟ ਵੱਲ ਵੱਲੀ ਦੇਖ ਕੇ ਕਿਹਾ ਇਹ ਜੀ ਤੁਸੀਂ ਖਾਦੇ ਨਹੀਂ ਅੱਛਾ ਇੱਕ ਮਿੰਟ ਬੈਠ ਉਹਦੀ ਗੱਲ ਨੂੰ ਅਣਸੁਣੀ ਕਰਕੇ ਸਾਹਮਣੀ ਕੁਰਸੀ ਵੱਲ ਸਹਨਦ ਕਰ ਦਿੱਤੀ ਕੇਸਰੀ ਸੰਗ ਦੀ ਸੰਗਦੀ ਕਸੂਤੀ ਜੀ ਹੋ ਕੇ ਬੈਠ ਗਈ ਤੇ ਉਸ ਵੱਲ ਹੈਰਾਨੀ ਨਾਲ ਤੱਕਣ ਲੱਗੇ ਅੱਜ ਤੂੰ ਮੰਦਰ ਗਈ ਸੀ ਹੀਰਾ ਦੇਵੀ ਨੇ ਗੋਹਣ ਨਾਲ ਉਹਦੇ ਨਿਖਰੇ ਚਿਹਰੇ ਵੱਲ ਤੱਕਦੇ ਆ ਪੁੱਛਿਆ ਜਾਂਦੀ ਕਿਹੜੇ ਵੇਲੇ ਜੀ ਵੇਲ ਹੀ ਨਹੀਂ ਲੱਗੀ ਨਾਲੇ ਕੱਲ ਦੇ ਉਹ ਤਾਂ ਵਿਆਹ ਦਾ ਕੰਮ ਕਰਨ ਬਾਹਰ ਗਏ ਹੋਏ ਆ ਵਿਆਹ ਇਸ ਰੁੱਤ ਚ ਬਹੁਤ ਹੁੰਦੇ ਆ। ਹਾਂਜੀ ਹਾੜ ਜੋ ਹੋਇਆ। ਹਾੜ ਚ ਵਿਆਹ ਬਹੁਤ ਹੁੰਦੇ ਆ। ਹਾਂਜੀ ਤੁਹਾਨੂੰ ਨਹੀਂ ਪਤਾ। ਪਤਾ ਉਸ ਜਿਵੇਂ ਨਿਹਰਾ ਝੂਠ ਬੋਲਿਆ ਤੇ ਫਿਰ ਬਿੰਦ ਕ ਚੁੱਪ ਰਹਿਣ ਪਿੱਛੋਂ ਮੇਜ਼ ਵੱਲ ਓਕੜ ਕੇ ਕੇਸਰੀ ਦੀਆਂ ਅੱਖਾਂ ਚ ਸਿੱਧੇ ਨਿਗਾਹ ਗੱਡਦਿਆਂ ਬੋਲੀ ਕੇਸਰੀ ਤੇਰਾ ਪਤੀ ਚੰਗਾ ਬੰਦਾ ਹੈ। ਕੇਸਰੀ ਮੁੜ ਵਿਆਹ ਵਾਲੀਆਂ ਵਾਂਗ ਸੰਗ ਗਈ ਪਰ ਜੇਰਾ ਕਰਕੇ ਅੱਖਾਂ ਨਿਵੀਆਂ ਪਾਉਂਦਿਆਂ ਬੋਲੀ ਹੋਰ ਜੀ ਮੈਂ ਤਾਂ ਕਮਲੀ ਤਾਂ ਨਹੀਂ ਸੀ ਜਿਹੜੀ ਐ ਤਾਨੂੰ ਛੱਡ ਕੇ ਸਾਰਿਆਂ ਨੂੰ ਕਲੰਕ ਦਾ ਟਿੱਕਾ ਲਵਾ ਕੇ ਉਹਨਾਂ ਦੇ ਮਗਰ ਲੱਗ ਤੁਰੀ ਕੋਈ ਗੱਲ ਤਾਂ ਸੀ ਨਾ ਆ ਤੈਨੂੰ ਗ੍ਰਸਥ ਜੀਵਨ ਕਿਵੇਂ ਲੱਗਿਆ ਚੰਗਾ ਹੈ ਤਾਂ ਜੀ ਆਪੇ ਹੈ ਅੱਗੇ ਤੁਹਾਡੇ ਆਸਰੇ ਦਿਨ ਕੱਟੀ ਹੋਈ ਜਾਂਦੀ ਸੀ ਪਰ ਮੈਂ ਤੁਹਾਨੂੰ ਦੱਸਿਆ ਕਦੇ ਨਹੀਂ ਸੀ ਅਸਲ ਗੱਲ ਇਹ ਸੀ ਚੌਧਰੀਆਂ ਦੇ ਮੁੰਡਿਆਂ ਨੇ ਸਣੇ ਪੰਡਤ ਜੀ ਦੇ ਮੇਰੇ ਨੱਕ 'ਚ ਦਮ ਕਰ ਛੱਡਿਆ ਸੀ ਉਹ ਮੈਨੂੰ ਮਾਤਾ ਦਾ ਮਾਲ ਸਮਝ ਕੇ ਹਰ ਵੇਲੇ ਦੁਖੀ ਕਰੀ ਰੱਖਦੇ ਕਈ ਵਾਰੀ ਜੀ ਕਰਦਾ ਸੀ ਪੇਕੇ ਜਾਂਦੀ ਰਾਂ ਇਤੇ ਚਿੱਤ ਚਾਹੁੰਦੇ ਖੂ ਟੋਬੇ ਪੈ ਮਰਾਂ ਪਰ ਕੋਈ ਪਾਸਾ ਝੱਲੇ ਤਾਂ ਜਾਵਾਂ ਨਾ ਪੀਕੇ ਪਰਜਾਈਆਂ ਦੇ ਤਾਨੇ ਮਿਹਣੇ ਸੁਨੇ ਹੋਏ ਸੀ ਮਾਂ ਦਾ ਆਸਰਾ ਸੀ ਉਹ ਮਰ ਗਈ ਭਰਾ ਲੈਣ ਆਉਂਦੇ ਸੀ ਤਾਂ ਆਪਣੇ ਨਕ ਨਮੂਜ ਦੀ ਖਾਤਰ ਵੀ ਕੋਈ ਇਹ ਨਾ ਆਖੇ ਥੋੜੀ ਭੈਣ ਰੋਲਦੀ ਫਿਰਦੀ ਐ ਤੇ ਜੇ ਚਿੱਤੋਂ ਚਾਹੁੰਦੇ ਤਾਂ ਮੈਨੂੰ ਇਉਂ ਸਾਧਣੀ ਵਾਂਗੂ ਮੰਦਰ ਰੋਲਣ ਦਿੰਦੇ ਸੀ ਤੇ ਮੈਨੂੰ ਸਭ ਪਤਾ ਸੀ ਇਸ ਕਰਕੇ ਜਾਨ ਨੂੰ ਚਿੱਤ ਨਹੀਂ ਸੀ ਮੰਦਰ ਨਖਸਮੀ ਚੀਜ਼ ਦਾ ਜੀ ਕਿਹਨੂੰ ਦਰਦ ਹੁੰਦਾ ਫੇਰ ਜੀ ਇਹ ਹੋਣ ਲੱਗ ਪਿਆ ਤੋਡੇ ਕੋਲੋਂ ਕਾਦਾ ਲੁਕਾਇਆ ਜੀ ਮੰਨ ਦਾ ਦੀਨ ਮਾਨ ਹੱਲ ਗਿਆ ਇਹ ਬੰਦਾ ਇਹੋ ਜਿਹਾ ਵੇਖਿਆ ਕਿ ਇਹਨੇ ਸੌਂ ਖਾ ਲਈ ਕਿ ਜੇ ਤੂੰ ਮੇਰੇ ਕੋਲ ਨਹੀਂ ਆਏਂਗੀ ਤਾਂ ਮੈਂ ਸਾਧੂ ਹੋ ਜਾਊ ਜੇ ਬਰਛਮਾਈ ਹੋਰ ਮੈਂ ਨਾ ਜਾਂਦੀ ਤਾਂ ਇਹਨੇ ਸੱਚੀ ਸੰਿਆਸੀ ਬਣ ਜਾਣਾ ਸੀ ਨਾਲੇ ਜੀ ਇਹਨੇ ਤਾਂ ਮੇਰਾ ਖੜਾ ਉਦੋਂ ਨਹੀਂ ਛੱਡਿਆ ਜਦੋਂ ਮੈਂ ਵਿਆਹੀ ਵੀ ਗਈ ਸੀ ਸੁਪਨੇ ਹੀ ਆਉਂਦੇ ਰਹਿੰਦੇ ਕੇਸਰੀ ਇੰਨੀ ਨਿਜਾਖੋ ਕਿ ਇੰਨੀ ਉਪਰੀਆਂ ਗੱਲਾਂ ਕਹਿ ਜਾਏਗੀ ਇਹਦੀ ਹੀਰਾ ਦੇਵੀ ਨੂੰ ਆਸ ਨਹੀਂ ਸੀ ਅਜੀਬ ਗੱਲ ਇਹ ਸੀ ਕਿ ਅੱਜ ਪਹਿਲੀ ਵਾਰ ਉਹਨੇ ਪੰਡਤ ਜੀ ਤੇ ਚੌਧਰੀਆਂ ਦੇ ਮੁੰਡਿਆਂ ਬਾਰੇ ਗੱਲਾਂ ਦਸੀਆਂ ਸੀ ਜਿਨ੍ਹਾਂ ਬਾਰੇ ਕਦੇ ਹੀਰਾ ਦੇਵੀ ਨੂੰ ਸੁਪਨਾ ਵੀ ਨਹੀਂ ਸੀ ਆਇਆ ਲੀਰਾਂ ਦੇ ਖਿਦੋਂ ਉੱਦੜਨ ਲੱਗੀ ਤਾਂ ਵਿੱਚੋਂ ਲੀਰਾਂ ਹੀ ਨਿਕਲੀ ਗਈਆਂ ਕੇਸਰੀ ਇੱਥੇ ਚੁੱਪ ਨਹੀਂ ਕੀਤੀ ਰਤਾ ਰੁੱਕ ਕੇ ਫੇਰ ਬੋਲੇ ਤੁਹਾਡੇ ਅੱਗੇ ਜੀ ਹੁਣ ਕੀ ਲਕੋਆ ਮੇਰਾ ਮਨ ਕਿਤੇ ਵੀ ਨਹੀਂ ਸੀ ਲੱਗਦਾ ਪੇਕੀ ਮਿਲਣ ਦੇ ਬਹਾਨੇ ਪਹਿਲਾਂ ਵੀ ਕਈ ਵਾਰ ਇਸੇ ਨੂੰ ਮਿਲਣ ਗਈ ਸੀ ਉਦੋਂ ਇਹ ਇੱਥੇ ਨੇੜੇ ਹੀ ਰਹਿੰਦਾ ਸੀ ਪਰ ਜਦੋਂ ਮੈਂ ਆਖਰੀ ਵਾਰ ਤੋੜਵਾ ਜਵਾਬ ਦੇ ਕੇ ਤੁਰੇ ਆਈ ਸੀ ਤਾਂ ਇਹ ਮੇਰੇ ਉੱਤੇ ਬਿਨਾ ਕੋਈ ਜ਼ਬਰ ਕੀਤੇ ਉਥੋਂ ਹਰਦੁਆਰ ਚਲਾ ਗਿਆ। ਉੱਥੇ ਜਾ ਕੇ ਦਸਾਂ ਨੌਾਂ ਦੀ ਕਮਾ ਕੇ ਖਾਂਦਾ ਰਿਹਾ ਪਰ ਉਹ ਸਾਦਾ ਨਾਲ ਉੱਠਣ ਬੈਠਣ ਲੱਗ ਪਿਆ। ਦੋ ਚਿੱਠੀਆਂ ਸੁਰਤੀ ਦਾਈ ਦੇ ਨਾਂ ਤੇ ਆਈਆਂ, ਦਾਦੀ ਦੇ ਨਾਂ ਤੇ ਆਈਆਂ ਸੀ ਤੇ ਉਹ ਮੇਥੋਂ ਛਲੀਆਂ ਨਹੀਂ ਗਈਆਂ। ਹੋਰ ਤਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੱਤਾ ਸੀ ਉਦੋਂ। ਜੀਵਨ ਇੰਨਾ ਘੂਰ ਨਿਕਲਿਆ ਉਲਝਿਆ ਗਲੋਟਾ ਹੈ ਕਿ ਹੀਰਾ ਦੇਵੀ ਲਈ ਇਹ ਬੜੀ ਅਲੋਕਾਰ ਗੱਲ ਸੀ। ਉਸ ਨੂੰ ਸੁਣ ਸੁਣ ਕੇ ਪੱਥਰ ਹੁੰਦੇ ਜਾ ਰਹੇ ਸੀ ਸੱਚ ਕੀ ਸੀ ਝੂਠ ਕੀ ਹੁੰਦਾ ਧਰਮ ਭਗਤੀ ਨੈਤਿਕਤਾ ਕੀ ਹੈ ਸਭ ਕੁਝ ਜਿਵੇਂ ਕੇਸਰੀ ਦੀਆਂ ਨਾ ਗੱਲਾਂ ਸਾਹਮਣੇ ਉਹ ਉਪਰ ਉਪਰ ਲੱਗਣ ਲੱਗ ਪਿਆ ਸੀ ਜਿਹਨੂੰ ਧਰਮ ਤੇ ਸੱਚ ਸਮਝਦੀ ਸੀ ਉਹਨੇਰਾ ਝੂਠ ਬਣ ਕੇ ਅੱਖਾਂ ਸਾਹਮਣੇ ਭਪੂਤਰੀਆਂ ਵਾਂਗ ਨੱਚ ਰਿਹਾ ਸੀ ਤੇ ਜਿਹਨੂੰ ਝੂਠ ਕਰਕੇ ਜਾਣਿਆ ਸੀ ਪਾਪ ਸਮਝਿਆ ਸੀ ਉਹਨੇਰਾ yatharth ਸੱਚ ਬਣ ਕੇ ਵਿਰਾਟ ਰੂਪ ਧਾਰੀ ਸਾਹਮਣੇ ਖੜੋਤਾ ਦਿਸਦਾ ਸੀ ਇਹ ਸਭ ਕੀ ਸੀ ਖਾਸਾ ਚਿਹਰੇ ਦੋਵੇਂ ਚੁੱਪ ਬੈਠੀਆਂ ਰਹੀਆਂ ਫਿਰ ਹੀਰਾ ਦੇਵੀ ਨੇ ਸਿੱਧੇ ਸ਼ਬਦਾਂ ਚ ਪੁੱਛਿਆ ਤੈਨੂੰ ਹੁਣ ਵਾਲਾ ਜੀਵਨ ਪਹਿਲਾਂ ਵਾਲੇ ਨਾਲੋਂ ਚੰਗਾ ਲੱਗਦਾ ਏ ਇਹ ਤਾਂ ਜੀ ਗ੍ਰੰਥਾਂ ਚ ਵੀ ਲਿਖਿਆ ਤੁਸੀਂ ਆਪ ਦੱਸਦੇ ਹੁੰਦੇ ਸੀ ਪੁਰਸ਼ ਇਸਤਰੀ ਇੱਕ ਦੂਜੇ ਬਿਨਾ ਊਣੇ ਹੁੰਦੇ ਆ ਊਣਾ ਭਾਂਡਾ ਹਰ ਵੇਲੇ ਛਲਕਦਾ ਰਹਿੰਦਾ ਜਦੋਂ ਭਰ ਜਾਏ ਤਾਂ ਟਿਕ ਜਾਂਦਾ ਇਹ ਟਿਕਾ ਹੁਣ ਮਨ ਚ ਆਇਆ ਹੋਇਆ ਚੰਗਾ ਇਹ ਆਪੇ ਲੱਗਣਾ ਹੋਇਆ ਸੀ ਭਰਿਆ ਜੋ ਹੋਇਆ ਤੇ ਕੇਸਰੀ ਦੀਆਂ ਸਿੱਧੜ ਜੀਆਂ ਗੱਲਾਂ ਸਭ ਗਿਆਨ ਗੋਸ਼ਟਾਂ ਤੇ ਧਰਮ ਗਿਆਨ ਦੇ ਉੱਤੋਂ ਦੀ ਸੰਗਣੇ ਬੱਦਲ ਵਾਂਗ ਛਾਰੀਆਂ ਲੱਗਦੀਆਂ ਸੀ। ਉਹਦੀ ਕਿਸੇ ਗੱਲ ਸਾਹਮਣੇ ਕੋਈ ਦਲੀਲ ਦੇਣ ਦਾ ਵੀ ਹਿਆ ਹੁਣ ਨਹੀਂ ਸੀ ਪੈ ਰਿਆ। ਵਸਦੀ ਭਾਂਡੇ ਲੈ ਜਾ। ਕੇਸਰੀ ਨੇ ਭੋਲੇ ਭਾਈ ਸਕੂਲੀਏ ਬੱਚੇ ਵਾਂਗ ਹੀ ਪੁੱਛਿਆ ਜਿਵੇਂ ਕਹਿਰੀ ਹੋਵੇ ਜੇ ਹੋਰ ਤਾਂ ਕੋਈ ਸਬਕ ਨਹੀਂ ਸੁਣਨਾ ਤੇ ਹੀਰਾ ਦੇਵੀ ਦੇ ਚਿਹਰੇ ਤੇ ਅਚਾਨਕ ਹੀ ਮੁਸਕਰਾਹਟ ਆ ਗਈ। ਉਹਦੇ ਹੱਥੋਂ ਝੂਠੇ ਕੱਪ ਫੜਦਿਆਂ ਉਸ ਕਿਹਾ ਤੂੰ ਉਹ ਪਲੇਟ ਚੁੱਕ ਲਿਆ। ਕੱਪ ਦੋਏ ਮੈ ਲੈ ਚਲਦੀਆਂ ਇੱਥੇ ਤਾਂ ਗਰਮੀ ਵਧੀ ਹੈ। ਕੇਸਰੀ ਨੇ ਮੱਲੋ ਮੱਲੀ ਉਸ ਕੋਲੋਂ ਕੱਪ ਤੇ ਕੇਤਲੀ ਫੜਨ ਦਾ ਯਤਨ ਕੀਤਾ ਪਰ ਉਸ ਨਹੀਂ ਫੜਾਈ। ਫਿਰ ਉਹ ਮਠਿਆਈ ਵਾਲੀ ਪਲੇਟ ਚੁੱਕ ਕੇ ਉਹਦੇ ਮਗਰ ਤੁਰ ਪਈ। ਸ਼ਾਮ ਨੂੰ ਕੇਸਰੀ ਦੇ ਘਰ ਆਲਾ ਚੁਬਾਰੇ ਦੀ ਚਾਬੀ ਲੈਣ ਆਇਆ ਤਾਂ ਕੇਸਰੀ ਨੂੰ ਕਹਿ ਕੇ ਉਹਨੂੰ ਉੱਤੇ ਸੱਦ ਲਿਆ। ਪਹਿਲਾਂ ਉਹ ਕੁ ਚਿਰ ਖੜਾ ਝਿਜਕਦਾ ਰਿਹਾ ਫਿਰ ਹੌਲੀ-ਹੌਲੀ ਪੌੜੀ ਚੜਾ ਆਇਆ। "ਨਮਸਤੇ ਜੀ ਭੈਣ ਜੀ।" ਸੰਗਦੇ ਸੰਗਦੇ ਉਸ ਦੂਰੋਂ ਹੀ ਹੱਥ ਜੋੜੇ ਤੇ ਦੇਲੀੋਂ ਬਾਹਰ ਹੀ ਖਲੋਤਾ ਰਿਹਾ। ਅੰਦਰ ਆ ਵੀਰਾ ਵੇਚ ਜਿਖਉਂਦੇ ਹੀਰਾ ਦੇਵੀ ਨੇ ਮੁਸਕਰਾ ਕੇ ਕਿਹਾ ਤੂੰ ਤਾਂ ਐ ਹੀ ਉਪਰ ਆਂਗੂ ਬਾਹਰ ਖੜ ਗਿਆ ਜਿਵੇਂ ਆਪਾਂ ਕੁਛ ਲੱਗਦੇ ਹੀ ਨਹੀਂ ਹੁੰਦੇ ਪਰ ਉਸ ਅੱਗੋਂ ਹੋਰ ਨੀਵੀਂ ਪਾ ਲਈ ਤੇ ਮਲਕੜੇ ਜੇ ਦੋ ਕਦਮ ਗਾਂ ਫੁੱਟਦਿਆਂ ਨਹੀਂ ਜੀ ਨਹੀਂ ਜੀ ਕਹਿੰਦੇ ਆ ਦਿੱਲੀ ਟੱਪ ਕੇ ਖੱਬੇ ਸਜੇ ਨੂੰ ਵੇਖਣ ਲੱਗ ਪਿਆ ਜਿਵੇਂ ਪੁੰਜੇ ਬੈਠਣਾ ਚਾਹੁੰਦਾ ਹੋਵੇ ਇੱਥੇ ਆਪਰਾ ਹੀਰਾ ਦੇਵੀ ਨੇ ਉਸੇ ਤਰ੍ਹਾਂ ਨੇ ਜਾ ਕੇ ਆਵਾਸ 'ਚ ਆਪਣੇ ਆਸਨ ਦੇ ਸਿਰੇ ਵੱਲ ਸਹਿਨਤ ਕਰਦਿਆਂ ਗਿਆ ਤੂੰ ਮੇਰੀ ਕੇਸਰੀ ਭੈਣ ਦਾ ਪਤੀ ਹੋਇਆ ਐ ਹੁ ਮੈਂ ਤੈਨੂੰ ਭੁੰਜੇ ਬੈਠਣ ਦਿੰਨੀ ਆ ਕੇਸਰੀ ਕਦੇ ਹੀਰਾ ਦੇਵੀ ਦੀਆਂ ਜਿਹੀਆਂ ਉਹ ਅਸਭਾਵਕ ਗੱਲਾਂ ਸਦਕਾ ਹੈਰਾਨ ਹੋਈ ਜਾਂਦੀ ਸੀ ਕਦੇ ਆਪਣੇ ਉਸ ਨੂੰ ਬਾਲਾਂ ਵਾਂਗ ਸੰਗਦਿਆਂ ਵੇਖ ਕੇ ਉਹਦੀ ਹਾਸੀ ਨਿਕਲ ਰਹੀ ਸੀ ਉਹਨੂੰ ਬਹੁਤ ਹੀ ਦੁਬਧਾ ਚ ਪਿਆ ਵੇਖ ਕੇ ਅਖੀਰ ਉਸ ਕੁਝ ਅਸੰਗਤ ਜੀਆਂ ਗੱਲਾਂ ਬੋਲਦਿਆਂ ਕਿਆ ਐਂ ਕਿਉਂ ਸੰਗਦੇ ਹੋ ਤੇ ਆਪਣੇ ਘਰ ਦੇ ਹੀ ਐ ਉਪਰੇ ਤਾਂ ਨਹੀਂ ਕੋਈ ਇਹੋ ਤਾਂ ਮੇਰੇ ਸਭ ਕੁਝ ਹੈ ਔਰ ਮੈਂ ਔਖੇ ਦਿਨ ਕੱਟੇ ਕਿਦੇ ਆਸਰੇ ਤੇ ਕੁੜੇ ਕੇਸਰੀਏ ਤੂੰ ਬੜੀ ਬੇਪਰਵਾਹ ਚਾ ਚੂਨੀ ਐ ਇਸ ਵਿਚਾਰੇ ਵਾਸਤੇ ਧਰਨੀ ਕੋਈ ਨਾਲੇ ਸੱਚ ਤੂੰ ਤਾਂ ਹੁਣ ਤਾਂ ਹੀ ਮੈਨੂੰ ਇਹਦਾ ਪੂਰਾ ਨਾਮ ਵੀ ਨਹੀਂ ਦੱਸਿਆ ਮੈਂ ਕੀ ਕਹਿ ਕੇ ਬੁਲਾਵਾਂ ਨਾਂ ਤਾਂ ਜੀ ਮਾਪਿਆਂ ਨੇ ਸੁਖ ਨਾਲ ਸ਼ਿਵਜੀ ਭਗਵਾਨ ਵਾਲਾ ਰੱਖਿਆ ਸੀ ਪਰ ਮੇਰੇ ਤੇ ਸ਼ਿਭੂ ਹੀ ਐ ਸ਼ਿਭੂ ਹੀਰਾ ਦੇਵੀ ਕਹਿ ਕਾ ਮਾਰ ਕੇ ਹੱਸਦੀ ਉਹਦਾ ਜਿਹਾਂ ਹਾਸਾ ਕੇਸਰੀ ਲਈ ਸ਼ਿਵ ਭਗਵਾਨ ਦੇ ਤੰਦਵ ਨਾਚ ਵਰਗੀ ਗੱਲ ਸੀ ਇੰਨਾ ਚਿਰ ਉਹਦੇ ਨਾਲ ਪਹਿਲਾਂ ਵੀ ਰਹਿ ਕੇ ਗਈ ਸੀ ਕਦੇ 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 ਇੱਕ ਵਾਰੀ ਵੀ ਉਹਨੂੰ ਇੰਉਂ ਹੱਸਦਿਆਂ ਨਹੀਂ ਸੀ ਵੇਖਿਆ ਅੱਜ ਜ਼ਰੂਰ ਕੋਈ ਖਾਸ ਗੱਲ ਸੀ ਪਰ ਇਹ ਸੋਚਾਂ ਛੱਡ ਕੇ ਵੀ ਉਸੇ ਵਾਂਗ ਹੱਸਣ ਲੱਗ ਪਈ ਅੱਜ ਹੱਸਣ ਨੂੰ ਬੜਾ ਜੀ ਕਰਦਾ ਸੀ ਪਰ ਸ਼ਿਭੂ ਅਜੇ ਵੀ ਉਵੇਂ ਸੰਗ ਨਾਲ ਦੂਰਾ ਹੋਇਆ ਬੈਠਾ ਸੀ ਹਾਸਾ ਥੰਮਦਿਆਂ ਹੀ ਰ데요 ਵੀ ਬੋਲੀ ਅੱਛਾ ਇੱਕ ਗੱਲ ਦੱਸ ਉਹਨੇ ਰਤਾ ਹੈਰਾਨੀ ਨਾਲ ਤਾਂ ਵੇਖਿਆ ਤੇ ਉਹਨਾਂ ਦੋਹਾਂ ਨੂੰ ਮੁਸਕਰਾਉਂਦਿਆਂ ਵੇਖ ਕੇ ਫਿਰ ਨੀਵੀਂ ਪਾ ਲਈ ਪੁੱਛੋ ਜੀ ਕਹਿਣਾ ਚਾਹੁੰਦੇ ਆ ਵੀ ਨਹੀਂ ਕਹਿ ਸਕਿਆ ਅੱਛਾ ਇਹ ਦੱਸ ਵੀ ਤੈਨੂੰ ਸਾਡੀ ਕੇਸਰੀ ਦਾ ਕੀ ਚੰਗਾ ਲੱਗਿਆ ਸੀ ਜੋ ਤੂੰ ਇਹ ਇਹ ਨਾ ਚਿਹਰੇ ਦੇ ਮਗਰ ਪਿਆਰੇ ਕੀ ਦੱਸਾਂ ਜੀ ਉਹ ਟਕਟਕ ਸਾਰਾ ਤਾਣ ਲਾ ਕੇ ਬੋਲਿਆ ਭੋਲੇ ਸਾਉ ਚਿਹਰੇ ਤੇ ਕੁੜੀਆਂ ਵਰਗੀ ਸੰਗ ਹੋਰ ਗੁੜੀ ਝਲਕਣ ਲੱਗ ਪਈ ਨਾ ਕੋਈ ਗੱਲ ਤਾਂ ਹੋਊਗੀ ਨਾ ਆਖਰ ਇਸੇ ਨੂੰ ਪੁੱਛ ਲਓ ਜੀ ਮੈਂ ਤਾਂ ਤੇਥੋਂ ਪੁੱਛਣਾ ਉਹ ਵਿਚਾਰਾ ਫਿਰ ਚੁੱਪ ਕਰ ਗਿਆ ਕੇਸਰੀ ਵੀ ਅੱਖ ਬਚਾ ਕੇ ਜਾਣ ਬੁਝ ਕੇ ਰਸੋਈ 'ਚ ਚਲੀ ਗਈ ਕੀ ਦੱਸਾਂ ਜੀ ਸੱਚੀ ਸ਼ਿਭੂ ਹੈ ਹੀਰਾ ਦੇਵੀ ਫਿਰ ਉੱਚੀ ਹੱਸ ਪਈ ਮੈਂ ਕੋਈ ਕਿਸੇ ਕੋਲ ਦੱਸ ਨਹੀਂਤਾ ਨਹੀਂ ਵੀ ਤੂੰ ਮੈਨੂੰ ਕੀ ਦੱਸਿਆ ਮੈਂ ਜੀ ਇਹਨਾਂ ਦੇ ਸ਼ਹਿਰ ਕੰਮ ਸਿੱਖਦਾ ਹੁੰਦਾ ਸੀ ਇਹਨਾਂ ਦੀ ਗਲੀ 'ਚ ਰਹਿੰਦਾ ਹੁੰਦਾ ਸੀ ਕੋਕੂਠੜੀ 'ਚ ਇਹ ਖੂਬ ਗੱਲ ਹੈ ਉਹ ਹੋਰ ਉੱਚੀ ਹਸੀ ਮੈਂ ਕੀ ਪੁੱਛਿਆ ਤੂੰ ਜਵਾਬ ਕੀ ਦਿੱਤਾ ਗਲੀ ਮੱਲੇ 'ਚ ਸਭ ਰਹਿੰਦੇ ਹੁੰਦੇ ਆ ਜੋ ਜਵਾਬ ਉਹਨੇ ਦੇਣਾ ਸੀ ਦੇ ਚੁੱਕਿਆ ਸੀ ਜੋ ਉਸ ਪੁੱਛਣਾ ਸੀ ਪੁੱਛ ਚੁੱਕੀ ਸੀ ਪਰ ਇੱਕ ਗਲੋਂ ਨੂੰ ਨਿਰਾਸ਼ਾ ਹੋਈ ਕਿ ਉਹਦੇ ਆਪਣੇ ਸੁਭਾਅ 'ਚ ਕੋਈ ਅਜਿਹੀ ਗੁੱਜੀ ਗੱਲ ਜ਼ਰੂਰ ਸੀ ਕਿ ਅਜਿਹਾ ਬੰਦਾ ਵੀ ਇੰਨੀਆਂ ਗੱਲਾਂ ਦੇ ਬਾਵਜੂਦ ਸ਼ਾਇਦ ਉਹਨੂੰ ਦੇਵੀ ਸਮਝਦੇ ਆਂ ਉਹ ਤਾਂ ਦੂਰ ਖੜੋਣਾ ਯੋਗ ਸਮਝਦਾ ਸੀ ਉਹਦੇ ਮਨ ਦਾ ਸैम ਉਹਨੂੰ ਉਹਦੇ ਨੇੜੇ ਨਹੀਂ ਸੀ ਆਉਣ ਦਿੰਦਾ ਕੇਸਰੀ ਚਾਹ ਲਈ ਆਈ ਤਾਂ ਲੱਖ ਯਤਨ ਕੀਤੇ ਆ ਉਹਨੂੰ ਉਹ ਚਾਹ ਨਾ ਪਿਆ ਸਕੀ ਸੋ ਕੋ ਸੰਗ ਦਾ ਸੰਗ ਦਾ ਉੱਠ ਕੇ ਕੁੰਜੀ ਲੈ ਬਿਨਾਈ ਤੁਰ ਪਿਆ ਕੇਸਰੀ ਮਗਰ ਕੁੰਜੀ ਦੇਣ ਗਈ ਤਾਂ ਪੌੜੀਆਂ ਵਿੱਚ ਦਾਦੀ ਸੁਰਤੀ ਮਿਲ ਪਈ ਉਹਨਾਂ ਦੋਹਾਂ ਜਣੀਆਂ ਨੂੰ ਓਹ ਹੱਸਦੇ ਆ ਤੇ ਸ਼ਿਵ ਕੁਮਾਰ ਨਾਲ ਠੱਠਾ ਕਰਦੇ ਆ ਵੇਕੇ ਠਟੰਬਰ ਗਈ ਬਿਨਾ ਕੁਝ ਬੋਲੇਆਂ ਸੈਮੀ ਜਈ ਰਸੋਈ ਅੰਦਰ ਚਲੇਗੀ ਹੀਰਾ ਦੇਵੀ ਨੇ ਉਹਨੂੰ ਇੰਜ ਕੁੱਟੀ-ਵੱਟੀ ਅੰਦਰ ਵੜਦਿਆਂ ਤੱਕ ਲਿਆ ਸੀ ਪਰ ਅੱਗੇ ਵੰਗ ਮਨ 'ਚ ਕੋਈ ਦੋਸ਼ ਭਾਅ ਪੈਦਾ ਨਹੀਂ ਹੋਇਆ ਸੁਰਤੀ ਬਿੰਦਕ ਪਿੱਛੇ ਰਸੋਈ 'ਚੋਂ ਬਾਹਰ ਆਈ ਤਾਂ ਵੇਖਿਆ ਹੀਰਾ ਦੇਵੀ ਕੇਸਰੀ ਨੂੰ ਕੋਲ ਬਹਾਈ ਉਵੇਂ ਹੱਸ-ਹੱਸ ਗੱਲਾਂ ਕਰ ਰਹੀ ਸੀ ਮੋੜ-ਮੋੜ ਦੰਦ ਕੱਢੀ ਜਾਂਦੀ ਸੀ ਸੁਰਤੀ ਨੇ ਸੈਮੀ ਆਵਾਜ਼ 'ਚ ਪੁੱਛਿਆ ਜੀ ਭਾਜੀ ਕਹਿੰਦੀ ਧਰੂੰ ਭਾਜੀ ਕਹਿੰਦੀ ਧਰੂੰ ਜਿਸ ਕਾਸੇ ਦਾ ਤੇਰਾ ਜੀ ਕਰਦਾ ਹੈ ਚਾਹੇ ਮਤੀਰੀਆਂ ਦੀ ਤਰਲ ਉਵੇਂ ਹਸੇ ਹੀਰਾ ਦੇਵੀ ਨੇ ਕਹਿਤਾ ਸੁਰਤੀ ਭਵੱਤਰ ਗਈ ਘਟੂ ਘਟੋ ਨੂੰ ਹੀਰਾ ਦੇਵੀ ਨੇ ਐਉਂ ਕਦੇ ਵੀ ਠੱਠਾ ਨਹੀਂ ਸੀ ਕੀਤਾ ਉਹ ਖੁਸ਼ਿਆਣੀ ਜੀ ਹੋ ਕੇ ਜਦੋਂ ਮੁੜਨ ਲੱਗੀ ਤਾਂ ਕੇਸਰੀ ਨੇ ਕਿਹਾ ਅੱਜ ਦਾਦੀ ਰੋਟੀ ਮੈਂ ਉਧਰੋਂ ਪਕਾ ਕੇ ਲਿਆਉਂਗੀ ਸੁਰਤੀ ਨੇ ਇੱਕ ਵਾਰ ਪਹਿਲਾਂ ਵਾਂਗੀ ਭਵੱਤਰ ਕੇ ਪਿੱਛਾਂ ਪਾਉਂਦਿਆਂ ਦੋਵਾਂ ਵੱਲ ਤੱਕਿਆ ਤੇ ਸਿਰ ਤੋਂ ਖਿਸਕ ਖਿਸਕ ਜਾਂਦਾ ਸਾੜੀ ਦਾ ਪੱਲਾ ਠੀਕ ਕਰਦਿਆਂ ਰਸੋਈ ਵੱਲ ਤੁਰ ਪਈ ਤੇ ਫਿਰ ਉਹ ਰਾਤ ਵੀ ਬੀਤ ਗਈ ਅਗਲੀ ਸਵੇਰ ਹੀਰਾ ਦੇਵੀ ਸਵੇਰੇ 4 ਵਜੇ ਉੱਠ ਕੇ ਨਹਾ ਧੋ ਲਈ ਤੇ ਉਹ ਤਿਆਰ ਹੋਣ ਲੱਗ ਪਈ ਜਿਵੇਂ ਮੰਦਰ ਜਾਣਾ ਹੋਵੇ ਫਿਰ ਉਸ ਨਿੱਕੇ ਬੈਗ ਵਿੱਚ ਕੁਝ ਕੱਪੜੇ ਪਾਏ ਤੇ ਚੁੱਕੇ ਬਾਹਰ ਨਿਕਲਣ ਲੱਗਿਆਂ ਸਰਸਰੀ ਬੋਲੀ ਦਾਦੀ ਮੈਂ ਛੋਟੇ ਭਰਾਜੀ ਕੋਲ ਚੱਲੀਆਂ ਅੱਜ ਆਥਣੇ ਜਾਂ ਕੱਲ ਨੂੰ ਸਵੇਰੇ ਮੁੜਾਂ ਮਾਸਟਰ ਜੀ ਨੂੰ ਦੱਸਾਂਗੀ ਨਾਲੇ ਕੇਸਰੀ ਨੂੰ ਵੀ ਸੁਰਤੀ ਆਵਾਕ ਰਹਿ ਗਈ ਮਗਰੋਂ ਸਾਰਾ ਦਿਨ ਉਹ ਗਮਸਮੀ ਤੁਰੀ ਫਿਰੀ ਸਿਰਫ ਪੁੱਛਣ ਉੱਤੇ ਹੀ ਉਹਨੇ ਸੁਰਿੰਦਰ ਤੇ ਕੇਸਰੀ ਨੂੰ ਦੱਸਿਆ ਕਿ ਹੀਰਾ ਦੇਵੀ ਛੋਟੇ ਭਰਾਜੀ ਕੋਲ ਗਈ ਸੀ ਫਿਰ ਅਗਲੀ ਸਵੇਰ ਉਸੇ ਵੇਲੇ ਪਹਿਲੀ ਗੱਡੀ ਜਦੋਂ ਮੁੜ ਕੇ ਆਈ ਤਾਂ ਸੁਰਤੀ ਨੂੰ یوں ਲੱਗਿਆ ਜਿਵੇਂ ਉਹ ਹੁਣ ਦੇਵੀ ਨਹੀਂ ਸੀ ਰਹੀ ਇੱਕ ਗਰਸਤਨ ਤੀਵੀ ਵਾਂਗੋ ਨੇ ਪਿਆਜ਼ੀ ਰੰਗ ਦੀ ਸਾੜੀ ਬੰਨੀ ਹੋਈ ਸੀ ਤੇ ਦੇਵੀਆਂ ਵਾਲਾ ਵੇਸ ਚਿੱਟੀ ਬੇਦਾਗ ਸਾੜੀ ਉਪਰਾਜੀ ਦੇ ਘਰ ਹੀ ਲਾਹ ਹੀ ਲੱਗਦੀ ਸੀ ਦਾਦੀ ਉਹਨੇ ਆਨਸਾਰ ਨਮਸਕਾਰ ਕਰਨ ਪਿੱਛੋਂ ਕਿਹਾ ਅਜ ਤਾਂ ਤੇਸ ਚਾਹ ਕਰਕੇ ਪਿਐ ਤਾਂ ਤੇਰੀ ਬੜੀ ਮਿਹਰਬਾਨੀ ਹੋਵੇ ਸੁਰਤੀ ਪਿਛਲੇ ਦਿਨ ਵਾਂਗ ਹੀ ਆਵਾਜ਼ ਹੱਥ ਜੋੜ ਕੇ ਨਮਸਕਾਰ ਦਾ ਜਵਾਬ ਦਿੰਦੇ ਆ ਚੁੱਪ ਕਰਕੇ ਰਸੋਈ 'ਚ ਚਲੀ ਗਈ ਨਾ ਬੱਦੂ ਬੋਲੀ ਨਮਸਕਰਾਈ ਸਕੂਲ ਲੱਗਿਆ ਤਾਂ ਹੀਰਾ ਦੇਵੀ ਨੇ ਅੱਜ ਸਭ ਜਮਾਤਾਂ 'ਚ ਫਿਰ ਤੁਰ ਕੇ ਵੇਖਿਆ ਬੱਚਿਆਂ ਨਾਲ ਨਿੱਕੇ ਨਿੱਕੇ ਮਜ਼ਾਕ ਵੀ ਕੀਤੇ ਉਹਨਾਂ ਨੂੰ ਪਿਆਰ ਦਿੱਤਾ ਫਿਰ ਦੋਈ ਅਧਿਆਪਕਾਂ ਤੇ सुरेंद्र ਨੂੰ ਦਫ਼ਤਰ 'ਚ ਸਾਧ ਲਿਆ ਅਫਸਰ ਸ਼ਾਈ ਬੋਲੀ ਵਿੱਚ ਉਹਨਾਂ ਨਾਲ ਗੱਲਾਂ ਕਰਦਿਆਂ ਕਹਿਣ ਲੱਗੀ ਦੇਖੋ ਜੀ ਅੱਜ ਤੋਂ ਸਾਰੀ ਜ਼ਿੰਮੇਵਾਰੀ ਮਾਸਟਰ ਜੀ ਦੇ ਸਿਰ ਹੈ ਮੈਨੂੰ ਵੀ ਇਹਨਾਂ ਦੀ ਇੱਕ ਅਧਿਆਪਕਾ ਹੀ ਸਮਝੋ ਮੈਂ ਸਕੂਲ ਵਾਸਤੇ ਫੰਡ ਇਕੱਠਾ ਕਰਨ ਦਾ ਕੰਮ ਅੱਜ ਤੋਂ ਹੀ ਸ਼ੁਰੂ ਕਰਨਾ ਤੇ ਮੇਰੀ ਸਲਾਹ ਹੈ ਵੀ ਆਪਾਂ ਅਗਲੇ ਸਾਲ ਤੱਕ 9ਵੀਂ 10ਵੀਂ ਜਮਾਤ ਵੀ ਚਾਲੂ ਕਰ ਲਈਏ ਪਰ ਤੁਹਾਡੀ ਮਿਹਨਤ ਤੇ ਮਿਲਵਰਤਨ ਬਿਨਾ ਮੈਥੋਂ ਇਹ ਕੰਮ ਸਿਰੇ ਨਹੀਂ ਚੜਨਾ ਅਸਲ 'ਚ ਕੰਮ ਹੈ ਤਾਂ ਆਪਣਾ ਸਾਂਝਾ ਹੀ ਨਾ ਦੋਈ ਅਧਿਆਪਕਾਂ ਵਾਂ ਅਲੜ ਜੀਆਂ ਹੁਣੇ ਕੋਰਸ ਕਰਕੇ ਆਈਆਂ ਨਵੀਆਂ ਕੁੜੀਆਂ ਨੂੰ ਸਮਝ ਨਹੀਂ ਸੀ ਆ ਰਹੀ ਕਿਉਂਕਿ ਸਹਿਯੋਗ ਦੇਣ ਗਿਆ ਕਹਿਣ ਵੀ ਤਾਂ ਕੀ ਕਹਿਣ ਚੁੱਪ ਕਰਕੇ ਬੈਠੀਆਂ ਸਿਰ ਹਿਲਾਈ ਗਈਆਂ ਅੱਛਾ ਜੀ ਅੱਛਾ ਜੀ ਕਹਿੰਦੇ ਆ ਮੁਸਕਰਾਈ ਗਈਆਂ ਮੇਰੀ ਕਰਜ ਹੈ ਮੈਡਮ ਸੁਰਿੰਦਰ ਨੇ ਸਦਾਉ ਦੀਆਂ ਅੱਖਾਂ 'ਚ ਤੱਕਦੇਆਂ ਗਿਆ ਮੈਂ ਪਰਸੋਂ ਜਿਹੜੀ ਸ਼ਰਤ ਰੱਖੀ ਸੀ ਉਹ ਮਨਜ਼ੂਰ ਹੈ ਬਿਲਕੁਲ ਮਨਜ਼ੂਰ ਹੈ ਤਨਖਾਹ ਵਾਲੀ ਨਾ ਜੀ ਤਨਖਾਹ ਵਾਲੀ ਠੀਕ ਹੈ ਸੈਟਲਡ ਥੈਂਕ ਯੂ ਸੁਰਿੰਦਰ ਨੇ ਹੋਰ ਗੰਭੀਰ ਹੋ ਕੇ ਕਿਹਾ ਅੱਛਾ ਤਾਂ ਅਜ ਤੋਂ ਤੁਹਾਡਾ ਦਫ਼ਤਰ ਮੇਰਾ ਹੋਇਆ ਉਹ ਕਹਿ ਕਹਾ ਮਾਰ ਕੇ ਹੱਸ ਪਈ ਦੂਜੀਆਂ ਦੋਵੇਂ ਅਧਿਆਪਕਾਵਾਂ ਮੁਸਕਰਾਈਆਂ ਉਹਨਾਂ ਨੂੰ ਸੰਬੋਧਨ ਕਰਦੇ ਆ ਬੋਲੀ ਅੱਛਾ ਜੀ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਤੁਹਾਡਾ ਕੰਮ ਹੌਲਾ ਹੋ ਜਾਣਾ ਅਸੀਂ ਦੋ ਅਧਿਆਪਕਾਵਾਂ ਹੋਰ ਰੱਖ ਲੈਣੀ ਹੈ ਪਰੇ ਫੈਸਲਾ ਦੇਣ ਦਾ ਹੱਕ ਹੁਣ ਤੁਹਾਡਾ ਨਹੀਂ ਰਿਹਾ ਸੁਰਿੰਦਰ ਉਸੇ ਲਹਿਜੇ ਚ ਬੋਲੇ ਠੀਕ ਹੈ ਹੈਡਮਾਸਟਰ ਸਾਹਿਬ ਗੁਸਤਾਖੀ ਮਾਫ ਐਤਕੀ ਦੋਵੇਂ ਅਧਿਆਪਕਾਵਾਂ ਵੀ ਉਹਦੇ ਨਾਲ ਹੱਸੀਆਂ ਸੁਰਿੰਦਰ ਮੁਸਕਰਾਇਆ ਉਸ ਪਿਛੋਂ ਪੜ੍ਹਾਈ ਬਾਰੇ ਸਵੇਰ ਦੀ ਪ੍ਰਾਰਥਨਾ ਸਭਾ ਬਾਰੇ ਤੇ ਜਮਾਤਾਂ ਨੂੰ ਗਰਾਂਡੀਆਂ ਦੀਆਂ ਥਾਂ ਕਮਰਿਆਂ 'ਚ ਪੱਖੇ ਲਵਾ ਕੇ ਬਿਠਾਉਣ ਸੰਬੰਧੀ ਕਈ ਸਲਾਹਾਂ ਕੀਤੀਆਂ ਤੇ ਦੋ ਹੀ ਅਧਿਆਪਕਾਵਾਂ ਤੁਰ ਗਈਆਂ ਸੁਰਿੰਦਰ ਨੇ ਉਸ ਕੋਲਜ ਹੋਰ ਜ਼ਰੂਰੀ ਸਲਾਹ ਕਰਨ ਲਈ ਬਿਠਾ ਲਿਆ ਪਰ ਉਸ ਮੋੜ ਕੁਰਸੀ ਤੇ ਬੈਠਦੇ ਹੋਏ ਮੁਸਕਰਾ ਕੇ ਕਹੇ ਮੇਰਾ ਜਨਾਬ ਪੀਰੀਅਡ ਲੱਗਾ ਹੋਇਆ ਹੈ ਪੀਰੀਅਡ ਦਾ ਸਦਾ ਹੀ ਲੱਗੇ ਹੁੰਦੇ ਆ ਅੱਜ ਮੈਂ ਛੋਟੇ ਭਰਾਜੀ ਕੋਲੋਂ ਹੋ ਕੇ ਆਈ ਆ ਗੱਲਾਂ ਕਰਨ ਨੂੰ ਜੀ ਕਰਦਾ ਪਰ ਮੈਨੂੰ ਤੁਸੀਂ ਕਿੱਧਰਲਾ ਗੱਲ ਨਹੀਂ ਪਾ ਲਿਆ ਮੈਂ ਆਪ ਤਾਂ ਹੁੰਦੀ ਜਾਨੀ ਆ ਨਾ ਫਿਰ ਵੀ ਤਾਂ ਤੁਹਾਡੀ ਮਿਹਰਬਾਨੀ ਹੈ ਜਨਾਬ ਵਜੇ ਹੀ ਗਾਲੋ ਦੇ ਮੋਹ ਸੁਣ ਕੇ ਤਾਂ ਹੈਰਾਨ ਹੋ ਜਾਇਆ ਹੋਇਆ ਕੁਝ ਚੱਕਦੇ ਆ ਬੋਲਿਆ ਇਹ ਤਾਂ ਐਂ ਲੱਗਦਾ ਜਿਵੇਂ ਮੇਰੇ ਤੇ ਇਲਜ਼ਾਮ ਲਾ ਰਹੇ ਹੁੰਨੇ ਹੋ ਕਿਉਂ ਤੁਸੀਂ ਕਿਉਂ ਮੈਨੂੰ ਗੱਲ ਨਹੀਂ ਬਣਾ ਕੇ ਪੁੱਠੇਰਾ ਪਾ ਦਿੱਤਾ अच्छा ਤਾਂ ਮੇਰੇ ਸਮਝਣ ਚ ਫਰਕ ਸੀ ਉਹ ਮੁਸਕਰਾਇਆ ਬੜੀ ਮਿਹਰਬਾਨੀ ਗੁੰਬਿੰਦਾ ਬਿੰਦ ਗੰਭੀਰ ਹੋ ਗਈ ਫਿਰ ਬੋਲੀ ਅੱਛਾ ਇਹ ਤਾਂ ਦੱਸੋ ਤੁਸੀਂ ਭੈਣ ਭਰਾ ਕਿੰਨੇ ਹੋ ਕਿਉਂ ਮਰਦ ਮਸ਼ਮਾਰੀ ਕਰਨੀ ਹੈ ਉਹ ਫਿਰ ਮੁਸਕਰਾਇਆ ਇੱਕ ਵਾਰੀ ਨਹੀਂ ਕਈ ਵਾਰ ਗੱਲੋਂ ਗੱਲੀ ਸਭ ਕੁਝ ਦੱਸ ਸਿਆ ਜਾ ਚੁੱਕੇ ਆ ਪਰ ਫਿਰ ਤੁਸੀਂ ਭੁੱਲ ਜਾਂਦੇ ਹੋ ਮੇਰੀਆਂ ਤਿੰਨ ਭੈਣਾਂ ਆ ਤੇ ਇੱਕ ਭਰਾ ਹੈ ਸਾਰੇ ਮੈਥੋਂ ਛੋਟੇ ਆ ਦੋ ਸਕੂਲ ਦੋ ਕਾਲਜ ਪੜ੍ਹਦੇ ਆ ਨਾਨਕੇ ਘਰ ਪੜ੍ਹੇ ਆ ਨਾਨੇ ਦੇ ਇੱਕ ਧੀ ਸੀ ਮੇਰੀ ਮਾਂ ਇੱਕੋ ਘਰ ਸਾਰੀ ਜਾਇਦਾਦ ਉੱਥੇ ਸਾਡੇ ਰਹਿਣ ਜੋਗਾ ਥਾਂ ਹੈਗਾ ਮੈਂ 10ਵੀਂ ਸਕੂਲੋਂ ਕੀਤੀ ਸੀ ਬਾਕੀ ਸਾਰੀ ਪੜ੍ਹਾਈ ਆਪੇ ਕੀਤੀ ਹੈ ਹੋਰ ਕੋਈ ਗੱਲ ਰਹਿ ਗਈ ਉਸ ਰਟੇ ਹੋਏ ਸਬਕ ਵਾਂਗ ਸਭ ਕੁਝ ਇੱਕੋ ਸਾਹੇ ਕਹਿ ਦਿੱਤਾ ਪਰ ਸੁਣ ਕੇ ਹੀਰਾ ਦੇਵੀ ਦਾ ਚਿਹਰਾ ਗੰਭੀਰ ਹੋ ਗਿਆ ਬੜੇ ਗੋਹ ਨਾਲ ਉਹਦੀਆਂ ਅੱਖਾਂ 'ਚ ਤੱਕਦੇ ਹੋ ਸੁਰੇਂਦਰ ਤੋਂ ਪੁੱਛਿਆ ਉਹਨਾਂ ਸਾਰਿਆਂ ਦਾ ਖਰਚ ਤੁਹਾਡੇ ਜਿਮੇ ਹੈ ਹੋਰ ਪੰਡਿਤ ਨਰਵ ਦੇ ਜਿਮੇ ਹੈ ਕਿੰਨੀ ਵਾਰ ਤੁਹਾਨੂੰ ਇਹ ਵੀ ਦੱਸ ਚੁੱਕਿਆ ਕਿ ਮੈਂ ਜਿਹੜਾ ਅਥਨੌਗਣ ਸੇਠਾਂ ਦੇ ਨਿਆਣਿਆਂ ਦੇ ਨੱਕ ਪੂੰਝਦਾ ਫਿਰਦਾ ਰਹਿਣਾ ਸਾਰਾ ਦਿਨ ਤੁਹਾਡੇ ਅਮਲੇ ਫੈਲੇ ਨਾਲ ਮੱਥਾ ਮਾਰਦਾ ਰਹਿਣਾ ਇਹਦਾ ਮੈਨੂੰ ਕੋਈ ਸ਼ੌਕ ਹੈ ਸ਼ੌਕ ਸਭ ਬੜਾ ਪਿੱਛੇ ਛੱਡ ਆਇਆ ਜੋ ਕਰ ਰਿਹਾ ਸਭ ਆਪਣੀ ਲੋੜ ਲਈ ਕਰ ਰਿਹਾ ਜੇ ਸ਼ੌਕ ਨਾਲ ਇਸ ਇਹ ਸ਼ੁਭ ਕੰਮ ਕਰਨਾ ਹੁੰਦਾ ਤਾਂ ਦਿਮਾਗੀ ਮਜ਼ਦੂਰੀ ਕਰਨ ਦੀ ਤਾਂ ਤੋਂ دیਵੰਗ ਕਿਸੇ स्वम स्वमसेवी संस्था ਦਾ ਵਲੰਟੀਅਰ ਬਣਦਾ ਹੀਰਾ ਦੇਵੀ ਨੂੰ ਉਹਦੀਆਂ ਜਿਹੀਆਂ ਕਈ ਵਾਰ ਦਸੀਆਂ ਗੱਲਾਂ ਦਾ ਖਿਆਲਤਾ ਆਇਆ ਪਰ ਉਹ ਲੱਗਿਆ ਜਿਵੇਂ ਸਭ ਬਚਪਨ ਦੀਆਂ ਸੁਣੀਆਂ ਹੋਈਆਂ ਹੋਣ ਤੇ ਉਹਨਾਂ ਦੇ ਧੁੰਦਲੇ ਆਕਾਰ ਹੀ ਯਾਦ ਰਹਿ ਗਏ ਹੁਣ ਅੰਤਲੀ ਗੱਲ ਉਹਦੀ ਚੁਭ ਗਈ ਲੱਗੀ ਪਰ ਤਦ ਵੀ ਉਹਨੇ ਆਈ ਗਈ ਕਰਕੇ ਪੁੱਛਿਆ ਤੁਹਾਡੇ ਪਿਤਾ ਜੀ ਕੋਈ ਜਾਇਦਾਦ ਨਹੀਂ ਬਣਾ ਕੇ ਗਏ ਕੁਜ਼ਾਰੇ ਜੋਗੀ ਇਹ ਵੀ ਇੱਕ ਦਿਮਾਗੀ ਮਜ਼ਦੂਰ ਸਕੂਲ ਮਾਸਟਰ ਹੀ ਹੁੰਦੇ ਸੀ ਉਹਨਾਂ ਦੇ ਪਿਤਾ ਜੀ ਪਿਤਾ ਜੀ ਦੇ ਪਿਤਾ ਜੀ ਸਭ 40 ਸੇਰੇ ਨੰਗ ਹੁੰਦੇ ਸੀ ਲੱਗੀ ਤੱਥੇ ਸਵਰਨ ਜਾਤੀਆਂ ਦੇ ਵੱਡੇ ਲੋਕਾਂ ਦੇ ਝੂਠ ਟੁਕੜਿਆਂ ਤੇ ਪਲਣ ਵਾਲੇ ਜਾਇਦਾਦ ਕਿੱਥੋਂ ਬਣਾ ਲੈਂਦੇ ਠੱਗ ਹੁੰਦੇ ਤਾਂ ਬਣਾ ਲੈਂਦੇ ਹੀਰਾ ਦੇਵੀ ਨੂੰ ਉਹਦੀ ਅੰਤਲੀ ਗੱਲ ਸੁਣ ਪੂਰੀ ਤਰ੍ਹਾਂ ਚੁੱਪ ਗਈ ਸੀ ਹੋਰ ਜਿਵੇਂ ਉਹਨੂੰ ਨਹੀਂ ਸੀ ਸੁਣੀ ਰਤਾ ਸਖਤ ਆਵਾਜ਼ 'ਚ ਬੋਲੀ ਇਹਦਾ ਮਤਲਬ ਹੈ ਜਾਇਦਾਦਾਂ ਸਿਰਫ ਠੱਗ ਠੱਗ ਲੋਕਾਂ ਕੋਲ ਹੀ ਹੁੰਦੀਆਂ ਕੋਈ ਫਰਕ ਪਾ ਕੇ ਇਸ ਗੱਲ ਨੂੰ ਇੰਉਂ ਵੀ ਕਹਿ ਸਕਦੇ ਆ ਕਿ ਜਿਨ੍ਹਾਂ ਕੋਲ ਪਿਓ ਦਾਦਿਆਂ ਦੀ ਜਾਇਦਾਦ ਹੁੰਦੀ ਹੈ ਉਸਾਰੇ ਭਾਵੇਂ ਠੱਗ ਨਹੀਂ ਹੁੰਦੇ ਪਰ ਕੋਈ ਵੱਡੀ ਜਾਇਦਾਦ ਠੱਗੀ ਬਿਨਾਂ ਨਹੀਂ ਬਣਦੀ ਠੀਕ ਹੈ ਕੀ ਮਤਲਬ ਮਤਲਬ ਇਹ ਹੈ ਕਿ ਮਹਾਕਵੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਪਾਪਾਂ ਬਾਝੂ ਹੋਵੇ ਨਹੀਂ ਮੋਇਆਂ ਸਾਰਥ ਨਾ ਜਾਈ ਇਹਦਾ ਮਤਲਬ ਤੁਸੀਂ ਆਪ ਸੋਚ ਲਓ ਕੀ ਹੋਇਆ ਚਿੱਤ ਬੜਾ ਹੈਰਾਨ ਹੋ ਕੇ ਰੋਸ ਚ ਗਰਸਿਆ ਗਿਆ ਪਰ ਇੱਕ ਮਹਾਪੁਰਸ਼ ਦੇ ਨਾਮ ਤੇ ਉਹਨਾਂ ਦੇ ਇਸ ਵਿਚਾਰ ਬਾਰੇ ਸੋਚਦੇ ਨਿਰਾਸ਼ੀ ਹੋ ਕੇ ਚੁੱਪ ਕਰ ਗਏ ਕਿਉਂ ਸੱਚ ਨਹੀਂ ਆਇਆ सुरेंद्रਨ কুমার ਆਪਣੇ ਸੁਭਾਅ ਅਨੁਸਾਰ ਭਾਵੁਕ ਹੋ ਗਿਆ ਸੀ ਤੇ ਚਿੱਤ 'ਚ ਜਿਹੜਾ ਉਵਾਲ ਉੱਠਿਆ ਸੀ ਉਹਨੂੰ ਕੱਢੇ ਬਿਨਾ ਉਹ ਚੈਨ ਨਹੀਂ ਸੀ ਲੈ ਸਕਦਾ ਰੁਖੀਵਾਸ ਬੋਲਿਆ ਤੁਹਾਨੂੰ ਸੱਚ ਆਉਣਾ ਹੈ ਵੀ ਓਖਾ ਤੁਸੀਂ ਆਤਮਾ ਨੂੰ ਭਗਵਾਨ ਦੇ ਚਰਨਾਂ 'ਚ ਨਿਵਾਸ ਦੇਵਣ ਲਈ ਤਾਂ ਵਰਤ ਰੱਖ ਲਓਗੇ ਪਰ ਦੋ ਚਾਰ ਡੰਗ ਕਦੇ ਕਿਸ ਇਸ ਗਲੋ ਭੁੱਖੇ ਰਹਿ ਕੇ ਨਹੀਂ ਵੇਖਿਆ ਹੋਣਾ ਕਿ ਘਰ ਆਟੇ ਵਾਸਤੇ ਪੈਸੇ ਨਹੀਂ ਜਿਸ ਨੇ ਇਉਂ ਭੁੱਖੇ ਰਹਿ ਕੇ ਵੇਖਿਆ ਹੋਵੇ ਅਜਿਹੀ ਗੱਲ ਸਿਰਫ ਉਹ ਸਮਝ ਸਕਦਾ ਹੈ ਮੈਨੂੰ ਵੀ ਪਹਿਲਾਂ ਬਚਪਨ 'ਚ ਮਤਲਬ ਤੁਹਾਡੇ ਅੰਗ ਵੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦਾ ਹੁੰਦਾ ਪਰ ਹੁਣ ਅੱਖਰ ਅੱਖਰ ਦੇ ਅਰਥ ਹੱਡਾਂ 'ਚ ਰਚੇ ਗੱਲ ਕੀ ਬਣੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਹੀਰਾ ਦੇਵੀ ਵੀ ਬੜੇ ਪ੍ਰਤਾਪਾਵਕ ਹੋ ਗਈ ਥੋੜਾ ਥੋੜਾ ਮਤਲਬ ਹੈ ਕਿ ਮਨੁੱਖ ਨੇ ਸਿਰ ਰੋਟੀਆਂ ਖਾਣ ਲਈ ਜਨਮ ਧਾਰਿਆ ਰੋਟੀ ਬਿਨਾ ਕਦੇ ਕੋਈ ਜਿਉਂਦਾ ਮੈਂ ਤਾਂ ੱੱਕਿਆ ਨਹੀਂ ਨਾ ਸੁਣੀ ਹੈ ਧਾਰਮਿਕ ਗ੍ਰੰਥਾ ਵਿੱਚ ਭੋਜਨ ਦੀ ਥਾਂ ਉਪਮਾ ਲਿਖੀ ਪਈ ਹੈ ਹੁਣ ਤਾਂ ਇਹ ਲੋਕ ਕਹਿੰਦੇ ਐ ਜੇ ਰੋਟੀ ਵੇਲੇ ਸਿਰ ਖਾਈਏ ਥਾਲੀ ਪਰੋਸੀ ਪਈ ਹੋਵੇ ਤਾਂ ਸੰ ਸ਼ਰਾਪ ਦੇ ਦਿੰਦਾ ਤਾਂ ਅੰਨ ਸ਼ਰਾਪ ਦੇ ਦਿੰਦਾ ਜੇ ਝੂਠ ਹੈ ਤਾਂ ਮੰਨ ਲੈਣਾ ਕਿ ਬੰਦਾ ਸਿਰਫ ਹੋਵੇ ਤਾਂ ਬੰਦਾ ਸਿਰਫ ਹਵਾ ਆਸਰੇ ਨੂੰ ਤੇ ਭਗਤੀ ਨਿਰੀ ਭਗਤੀ ਆਸਰੇ ਵੀ ਜਿਉ ਲੈਂਦਾ ਹੋਵੇ ਹੈ ਕੋਈ ਜੇਈ ਮਿਸਾਲ ਜਿਹੜੀ ਤੁਹਾਨੂੰ ਯਾਦ ਹੋਵੇ ਕਿ ਫਲਾਣਾ ਭਗਤ ساری ਉਮਰ ਬਿਨਾਂ ਖਾਦੇ ਪੀਤੇ ਜਿਉਂਦਾ ਰਿਹਾ ਅੱਗੇ ਵੀ ਕਈ ਵਾਰ ਜਿਹੀਆਂ ਗੱਲਾਂ ਉਸ ਨਾਲ ਹੋਈਆਂ ਸੀ ਤੇ ਉਹ ਦਲੀਲਾਂ ਨਾਲ ਵਾਰੇ ਨਹੀਂ ਸੀ ਆਉਣ ਦਿੰਦਾ ਪਰ ਸਦਾ ਉਹਨੂੰ ਇਉਂ ਲੱਗਦਾ ਸੀ ਕਿ ਉਹਦੀਆਂ ਸਭ ਦਲੀਲਾਂ ਦੇ ਬਾਵਜੂਦ ਉਹ ਝੂਠ ਬੋਲ ਰਿਹਾ ਹੈ ਅਜਿਹੀਆਂ ਅਜੀਬ ਗੱਲਾਂ ਕਰਦਾ ਕਿ ਕਿਸੇ ਦਾ ਸਿਰ ਪੈਰ ਹੀ ਨਹੀਂ ਸੀ ਬਣਦਾ ਅੰਤ ਇਹ ਕਹਿ ਕੇ ਗੱਲ ਮੁਕਾਤੀ ਜਿਖੜਾ ਛੁਡਾ ਲਿਆ ਕਿ ਤੁਹਾਡੇ ਅਰਗੇ ਨਾਸਤਕਾਂ ਨਾਲ ਕੌਣ ਜਿਦਾਈ ਕਰੇ ਥੋੜੇ ਤੁਹਾਡਾ ਕੋਈ ਦੀਨ ਮਜਬੀ ਨਹੀਂ ਤਾਂ ਗੱਲ ਕੀ ਕਰਨੀ ਹੋਈ ਮਸਾਲਾ ਤਾਂ ਤੁਹਾਡੇ ਕੋਲ ਹੀ ਹੁੰਦੀਆਂ ਸਾਰੇ ਜੁਗ ਜਹਾਂ ਦੀਆਂ ਤੇ ਹੁਣ ਵੀ ਉਹ ਅਖੀਰ ਖਿੱਚ ਕੇ ਬੋਲੀ ਇਸ ਮਾਮਲੇ 'ਚ ਆਪਣੀ ਬਹਿਸ ਪੁੱਗ ਨਹੀਂ ਸਕਦੀ ਪਰ ਤੁਸੀਂ ਪੜ ਸਕੋ ਤਾਂ ਮੇਰੀ ਬੇਨਤੀ ਹੈ ਕਿ ਜ਼ਰੂਰ ਪੜੋ ਤੁਹਾਡਾ ਖਿਆਲ ਹੈ ਮੈਂ ਐਵੇਂ ਬਿਨਾ ਪੜੇ ਹੀ ਪਕਾਈ ਮਰੀ ਜਨ ਉਹ ਵਿਅੰਗ ਨਾਲ ਮੁਸਕਰਾਉਂਦਿਆਂ ਬੋਲਿਆ ਮੈਂ ਸ਼ੰਕਰਾਚਾਰੀਆ ਤੱਕ Hindu ਧਰਮ ਦੀ ਸਾਰੀ ਪ੍ਰਗਤੀ ਦਾ ਇਤਿਹਾਸ ਪੜਿਆ ਹੋਇਆ ਹੈ ਗੀਤਾ ਬਾਰੇ ਤੁਹਾਡੇ ਨਾਲੋਂ ਕਈ ਗੁਣਾ ਵੱਧ ਜਾਣਦਾ ਧਰਮ ਤੇ ਜੀਵਨ ਦੇ ਸਬੰਧਾਂ ਬਾਰੇ ਦਰਸ਼ਨ ਸ਼ਾਸਤਰ ਬਾਰੇ ਮੇਰਾ ਗਿਆਨ ਕਿਸੇ ਸਧਾਰਨ ਵਿਦਵਾਨ ਨਾਲੋਂ ਘੱਟ ਨਹੀਂ ਤੁਹਾਡਾ ਖਿਆਲ ਹੈ ਮੈਂ ਜਿਵੇਂ ਇਹ ਸਭ ਬਕਵਾਸ ਹੀ ਕਰਦਾ ਹੀਰਾ ਦੇ ਵੀ ਉਹ ਜਿਹੀਆਂ ਗੱਲਾਂ ਕਰਦੇ ਆ ਵੀ ਉਹ ਪਤਾ ਨਹੀਂ ਕਿਉਂ ਚੰਗਾ ਲੱਗਣ ਲੱਗ ਪਿਆ ਅਕਸਰ ਜਦੋਂ ਇਉਂ ਰਤਾ ਗੁੱਸੇ 'ਚ ਹੁੰਦਾ ਤੇ ਵਿਅੰਗ ਨਾਲ ਕੋਈ ਕਾਟਵੀਂ ਦਲੀਲ ਦੇ ਰਿਹਾ ਹੁੰਦਾ ਤਾਂ ਮਨ ਉਹਦੀ ਦਲੀਲ ਨੂੰ ਅੰਦਰੋਂ ਮੰਨ ਲੈਂਦਾ ਪਰ ਉਹ ਉਬਾ ਸਰ ਕੇ ਮੰਨ ਲੈਣਾ ਉਹਨੂੰ ਆਪਣੀ ਹੀਠੀ ਲੱਗਦੀ ਹੀਣਤਾ ਆਉਂਦੀ ਤੇ ਫਿਰ ਉਹ ਐਵੇਂ ਹੀ ਸੋਚ ਲੈਂਦੀ ਇਹ ਝੂਠ ਬੋਲਦਾ ਹੈ ਅੱਛਾ ਬਾਬਾ ਤੁਹਾਡੇ ਨਾਲ ਕੌਣ ਜਿੱਦੇ ਉਸ ਠੰਡਾ ਸਾਹ ਭਰਦਿਆਂ ਕੁਰਸੀ ਦੀ ਢੋਲ ਨਾਲ ਪਿੱਠ ਜੋੜਦਿਆਂ ਨਿਗਾਹ ਸਾਹਮਣੀ ਕੰਧ ਤੇ ਲੱਗੇ ਕੈਲੰਡਰ ਤੇ ਗੱਡ ਲਈ ਤੇ ਹੌਲੀ ਜੀ ਬੋਲਿਆ ਤੂੰ ਤਾਂ ਮੈਨੂੰ ਵੀ ਅੱਧੀ ਨਾਸਤਕ ਬਣਾ ਦਿੱਤਾ ਏਨੇ ਕਚਿਰਚ ਤੁਹਾਨੂੰ ਨਾਸਤਕ ਬਣਨ ਦੀ ਅਜੇ ਕਾਨੂੰ ਲੋੜ ਪਈ ਆ ਬੀਬੀ ਜੀ ਉਸੇ ਰੌਣ ਚ ਬੋਲਿਆ ਅਜੇ ਭਗਵਾਨ ਤੁਹਾਡੇ ਨਾਲ ਰਾਜੀ ਹੈ ਉਹਵੇਂ ਰੁੱਸਿਆ ਨਹੀਂ ਜਿਵੇਂ ਸਾਡੇ ਨਾਲ ਰੁੱਸਿਆ ਫਿਰਦਾ ਹੈ ਇਹ ਕਹਿੰਦੇ ਆ ਉੱਠ ਖੜੋਤਾ ਤੇ ਘੜੀਵਾਲ ਵੇਂਦੇ ਆ ਪੜਾਉਣ ਲਈ ਚਲਾ ਗਿਆ ਹੀਰਾ ਦੇਵੀ ਉਹਦੀ ਲੰਮੀ ਛਿਟਕੀ ਦੇਵਲ ਵੇਂਦੀ ਰਹੀ ਫਿਰ ਅਚਾਨਕ ਹੀ ਉਹਨੂੰ ਖਿਆਲ ਆਇਆ ਕਿ ਇੰਨੀ ਗਰਮੀ ਵਿੱਚ ਵੀ ਅਧੀਆਂ ਬਾਹਾਂ ਦੀ ਕਮੀਜ਼ ਜਾਂ ਪੁਸ਼ਟ ਕਿਉਂ ਨਹੀਂ ਪਾਉਂਦਾ ਸ਼ਾਇਦ ਇਸ ਲਈ ਕਿ ਉਹਦੀਆਂ ਬਾਹਾਂ ਬਹੁਤ ਸੁੱਕੜੂ ਜੀਆਂ ਨੰਗੀਆਂ ਰੱਖੀਆਂ ਬੁਰੀਆਂ ਲੱਗਦੀਆਂ ਹੁਣ ਕਦੇ-ਕਦੇ ਉਹ ਉਹਨੂੰ ਇੱਕ ਗਲਤ ਹੋਏ ਸਵਾਲ ਵਰਗਾ ਲੱਗਦਾ ਜਿਹਦੀ ਜਾਂ ਤਾਂ ਰਕਮ ਗਲਤ ਸੀ ਤੇ ਜਾਂ ਫਿਰ ਹੱਲ ਕਰਦੇ ਆ ਕਿਧਰੇ ਗੁਣਾ ਘਟਾਓ 'ਚ ਫਰਕ ਪੈ ਗਿਆ ਸੀ ਜਵਾਬ ਠੀਕ ਐਸੇ ਲੈਣੇ ਸੀ ਨਿਕਲਦਾ ਤੇ ਆਪਣੇ ਇਸ ਖਿਆਲ ਤੇ ਉਹਨੂੰ ਹਾਸਾ ਆ ਗਿਆ ਉੱਠ ਕੇ ਬਾਹਰ ਆਈ ਤਾਂ ਬਰਾਂਡਿਆਂ ਵਿੱਚ ਕੱਪ ਕਤਾਰਾਂ 'ਚ ਬੈਠੇ ਬੱਚਿਆਂ ਨੂੰ ਪੜ੍ਹਦੇਆਂ ਵੇਖ ਕੇ ਚਿਤ ਨੂੰ ਹੀ ਕਮਾਣ ਜਾਇਆ ਹੋਇਆ ਇਹਨੇ ਬੱਚਿਆਂ ਦੀ ਜ਼ਿੰਮੇਵਾਰੀ ਉਹ ਸੰਭਾਲ ਰਹੀ ਸੀ ਕਿੰਨੀਆਂ ਆਤਮਾਵਾਂ 'ਉਦਾ ਪ੍ਰਭਾਵ ਹੀ ਉਹਦੇ ਪ੍ਰਭਾਵ ਵੇਠ ਅੱਖਰ ਗਿਆਨ ਪ੍ਰਾਪਤ ਕਰ ਰਹੀਆਂ ਸਨ ਇਹ ਕੋਈ ਸਧਾਰਨ ਗੱਲ ਨਹੀਂ ਸੀ ਫੁੱਲਾਂ ਵਾਂਗ ਖਿੜੇ ਪੂੜੇ ਬੱਚੇ ਨਵੀਆਂ ਕੁਰਸੀਆਂ ਤੇ ਬੈਠੇ ਪੜਾ ਰਹੀਆਂ ਦੋਹੇ ਅਧਿਆਪਕਾਂ ਉਹਨੂੰ ਆਪਣਾ ਨਿੱਜੀ ਪਰਿਵਾਰ ਜਾਪਦਾ ਸੀ ਪਰ ਵੇੜੇ ਵਿੱਚ ਇਹ ਮੁੜ ਗਈ ਅੱਜ ਫੰਡ ਇਕੱਠਾ ਕਰਨ ਲਈ ਕਈ ਸੇਠਾਂ ਦੁਕਾਨਦਾਰਾਂ ਤੇ ਪਤਵੰਤੇ ਲੋਕਾਂ ਦੇ ਘਰ ਹੀ ਜਾਣ ਦੀ ਸਲਾਹ ਬਣਾਈ ਹੋਈ ਸੀ ਤੇ ਬਹੁਿਆਂ ਬਾਹਰ ਕਦਮ ਰੱਖਦੇ ਆ ਉਸ ਗੱਲ ਦਾ ਖਿਆਲ ਆ ਗਿਆ ਜਦਿ ਉਹ ਹਸਪਤਾਲ ਵਾਸਤੇ ਫੰਡ ਇਕੱਠਾ ਕਰਨ ਲਈ ਸੇਠ ਕ੍ਰਿਸ਼ਨ ਲਾਲ ਜੀ ਦੇ ਘਰ ਗਈ ਸੀ ਤੇ ਉਹਨਾਂ ਸਿੱਧਾ ਜਵਾਬ ਦੇ ਦਿੱਤਾ ਸੀ ਤੇ ਉਸ ਗੱਲ ਦੀ ਨਿਰਾਸ਼ਾ ਅਜੇ ਤੱਕ ਮਨ 'ਚ ਰੜਕਦੀ ਜਾਂਦੀ ਸੀ ਇਹ ਅਹਿਸਾਸ ਵੀ ਵਧ ਰਿਹਾ ਸੀ ਕਿ ਹੁਣ ਲੋਕਾਂ 'ਚ ਉਹਦਾ ਪਹਿਲਾਂ ਵਰਗਾ ਸਤਿਕਾਰ ਨਹੀਂ ਸੀ ਰਿਹਾ ਤੇ ਫਿਰ ਸੱਚੀ ਜਦੋਂ ਦਰਦ-ਦਰ ਪਹੁੰਦੀ ਆਪਣੇ ਘਰ ਮੁੜੀ ਤਾਂ ਉਹ ਆਪਣੇ ਤੇ ਮੰਡੀ ਦੇ ਲੋਕਾਂ ਦੇ ਸਬੰਧਾਂ ਬਾਰੇ ਕਈ ਨਮੀਆਂ ਗੱਲਾਂ ਦਾ ਅਹਿਸਾਸ ਹੋਇਆ ਜੋ ਬੜਾ ਉਪਰਾ ਤੇ ਨਵਾਂ ਸੀ। ਉਹਨੇ ਕਦੇ ਖਿਆਲ ਨਹੀਂ ਸੀ ਕੀਤਾ ਕਿ ਲੋਕ ਉਹਦੇ ਬਾਰੇ ਇੱਡੀ ਛੇਤੀ ਕਿਉਂ ਸੋਚਣ ਲੱਗ ਪਏ। ਇਹ ਅਜਿਹੀ ਗੱਲ ਸੀ ਜਿਵੇਂ ਬੂਟੇ ਦੀ ਇੱਕ ਟਾਣੀ ਸੁੱਕ ਰਹੀ ਹੋਵੇ ਤੇ ਦੂਜੀ ਉਹਦੇ ਮੁੱਢ 'ਚੋਂ ਫੁੱਟ ਰਹੀ ਹੋਵੇ ਪਰ ਸੁੱਕ ਰਹੀ ਨੂੰ ਸਾਹਮਣੇ 'ਚ ਫੁੱਟ ਰਹੀ ਦੀ ਪਾਲਣਾ ਕਰੇ। ਸੋਚੀ ਪਿਆ ਦਿਮਾਗ ਥੱਕ ਗਿਆ ਸੀ, ਰਾਹ ਕੋਈ ਨਹੀਂ ਸੀ ਲੱਭ ਰਿਹਾ। ਬੈਠਦੀ ਹੈ ਉਸ ਸੁਰਤੀ ਨੂੰ ਆਵਾਜ਼ ਮਾਰੀ ਤੇ ਅਸੂ ਭਾਵਕ ਢੰਗ ਨਾਲ ਫਿਰ ਤਾਂ ਔਖੀ ਵਾਟ ਬੋਲੀ ਦਾਦੀ ਹੁਣ ਤੂੰ ਕੰਮ ਨਹੀਂ ਚੱਜ ਨਾਲ ਕਰਦੀ ਵੇ ਕਿੰਨੀ ਕਿੰਨੀ ਮਿੱਟੀ ਚੜੀ ਪਈ ਐ ਨੇਰੀ ਦੀ ਸਾਫ਼ ਨਹੀਂ ਸੀ ਕਰ ਸਕਦੀ ਅੱਛਾ ਚਾਹ ਬਣਾ ਛੇਤੀ ਦੇਣੀ ਦਾਦੀ ਬੂਏ ਕੋਲ ਆ ਕੇ ਮੁੜ ਗਈ ਉਹਦੇ ਮੱਥੇ ਦੀਆਂ ਤਿਉੜੀਆਂ ਹੋਰ ਸੰਗੜੀਆਂ ਹੋ ਗਈਆਂ ਤੇ ਰਸੋਈ 'ਚ ਜਾ ਕੇ ਬੁੜਬੁੜ ਕਰਨ ਲੱਗ ਪਈ ਹੀਰਾ ਦੇਵੀ ਨੇ ਆਪਣਾ ਪਰਸ ਖੋਲਿਆ ਤੇ ਉਸ ਵਿੱਚੋਂ ਆਪਣੀ ਡਾਇਰੀ ਤੇ ਰਸੀਦਾਂ ਵਾਲੀ ਕਾਪੀ ਕੱਢ ਕੇ ਹਿਸਾਬ ਕਰਨ ਲੱਗ ਪਈ ਕਿ ਕਿੰਨੇ ਪੈਸੇ ਲੋਕਾਂ ਲਖਾਏ ਸਨ ਕਿੰਨੇ ਨਗਦ ਦਿੱਤੇ ਸੀ ਜਦੋਂ ਸਾਰਾ ਹਿਸਾਬ ਲਾ ਕੇ 117 ਰੁਪਏ ਨਗਦ ਤੇ 200 ਲਿਖਿਆ ਹੋਇਆ ਬਣਿਆ ਤਾਂ ਉਹਨੂੰ ਇਉਂ ਲੱਗਿਆ ਜਿਵੇਂ ਮੰਗਤੀ ਹੋਵੇ ਦਿਨੇ ਠੂਠਾ ਪੜ ਕੇ ਮੰਗਦੀ ਫਿਰਦੀ ਤੇ ਹੁਣ ਆਥਣੇ ਆਪਣੀ ਕਚਰੂੰਡਾ ਭਾਨ ਗਿੰੜ ਰਹੀ ਸੀ ਜੀ ਕੱਚਾ ਜੇ ਹੋਣ ਲੱਗ ਪਿਆ ਪਰਸ ਬੰਦ ਕਰਕੇ ਅਲਮਾਰੀ ਚ ਰੱਖਤਾ ਸਰਾਣੇ ਉੱਤੇ ਲੇਟੀ ਤਾਂ ਪੈੰਦੀ ਪਿੱਠ ਬੜੀ ਦਰਦ ਕਰਨ ਲੱਗ ਪਈ ਅੱਖਾਂ ਚ ਪੀੜ ਹੋ ਰਹੀ ਸੀ ਬਾਹਰ ਤੀਜੇ ਪੈਰ ਤੋਂ ਅਸਮਾਨ ਉੱਤੇ ਧੁੰਦ ਵਾਂਗ ਨੇਰੀ ਜਿਹੀ ਚੜੀ ਹੋਈ ਸੀ ਇੱਡੇ ਦਿਨ ਖੜੇ ਹਨੇਰਾ ਹੋ ਗਿਆ ਲੱਗਦਾ ਸੀ ਪਿੰਡੇ ਚੋਂ ਵਹੇ ਮੁੜ ਕੇ ਉੱਤੇ ਜੰਮੀ ਧੂੜ ਦਾ ਗਿਜਗਿਜਾ ਮੁਸਕ ਘਣਾਉਣਾ ਲੱਗਿਆ ਉੱਠ ਕੇ ਨਹਾਉਣ ਨੂੰ ਜੀ ਕੀਤਾ ਪਰ ਜਬਦਾ ਸੀ ਚਾਹ ਪੀਤੇ ਬਿਨਾਂ ਨਹਾਉਣ ਲਈ ਉੱਠ ਕੇ ਨਹੀਂ ਜਾਇਆ ਜਾਣਾ ਫਿਰ ਰਾਤ ਨੂੰ ਜਦੋਂ ਨਹਾ ਧੋ ਕੇ ਰੋਟੀ ਖਾ ਕੇ ਚੁਬਾਰੇ ਦੇ ਮੂਹਰੇ ਮੰਜਾ ਢਾ ਕੇ ਸੌਣ ਲੱਗੀ ਤਾਂ ਅਚ ਵੀ ਲੱਗ ਗਏ 7-8 ਵਜੇ ਬੀਤ ਗਏ ਸਨ ਪੁੰਜੇ ਸੌਂਦੇ ਹੁਣ ਮੰਜਾ ਸੁਖਾਉਂਦਾ ਨਹੀਂ ਸੀ ਦਰੀ ਤੇ ਚਾਦਰ ਵਿੱਚੋਂ ਦੀ ਵੀ ਵਾਣ ਚੁਭਰੇ ਆ ਲੱਗਦਾ ਸੀ ਮੰਜਾ ਪਿਛਲੇ ਹਫਤੇ ਤੋਂ ਡੌਣ ਲੱਗੀ ਸੀ ਤੇ ਇਹ ਵੀ ਸੁਰਿੰਦਰ ਕੁਮਾਰ ਦੀਆਂ ਗੱਲਾਂ ਦਾ ਅਸਰ ਜਾਪਦਾ ਸੀ ਜੋ ਤੋ ਤੋ ਅਜੇ ਵੀ ਕਬੂਲਣ ਲਈ ਤਿਆਰ ਨਹੀਂ ਸੀ ਮੰਜਾ ਸ਼ਾਇਦ ਇਸੇ ਲਈ ਹੋਰ ਵਧੇਰੇ ਔਖੀਆਂ ਕਰ ਰਿਹਾ ਸੀ ਅਸਮਾਨ ਉੱਤੇ ਪਸਰੀ ਧੁੰਦ ਰਿਆਂ ਜਿਵੇਂ ਵੀ ਤਾਰਿਆਂ ਨੂੰ ਮਿੱਟੀ ਦੇ ਢੇਲਿਆਂ ਵਰਗੇ ਬਣਾ ਛੱਡਿਆ ਸੀ ਅੰਬਰ ਦਾ ਰੰਗ ਕਾਲਾ ਦਿਸਦਾ ਸੀ ਗਲੀ ਦੀਆਂ ਬੱਤੀਆਂ ਦੂਰ ਟਿਮਕਦੇ ਦੀਵਿਆਂ ਵਾਂਗੀ ਚਾਨਣ ਦੇ ਰਹੀਆਂ ਸਨ ਤੇ ਹਵਾ ਉੱਕਾ ਬੰਦ ਹੋਣ ਕਰਕੇ ਗਰਮੀ ਹੋਰ ਵਧ ਗਈ ਲੱਗਦੀ ਸੀ ਖਲਾਅ ਚ ਚੜਿਆ ਰੇਤਾ ਹੌਲੀ ਹੌਲੀ ਹੀਟ ਕਰ ਰਿਹਾ ਜਾਪਦਾ ਸੀ ਅੱਖਾਂ ਵਿੱਚ ਵੀ ਪਈ ਜਾਂਦਾ ਸੀ ਤੇ ਇਸ ਲਈ ਪਾਸੇ ਪਰਨੇ ਹੋ ਕੇ ਪੈ ਗਈ ਵੱਡੇ ਭਰਾਜੀ ਦਾ ਖਿਆਲ ਆਇਆ ਜਿਨ੍ਹਾਂ ਹੁਣ ਆਪਣੇ ਸਾਰੇ ਸਬੰਧ ਉਸ ਨਾਲੋਂ ਤੋੜ ਲਏ ਸੀ ਇੱਕ ਤਰ੍ਹਾਂ ਉਹਨਾਂ ਲਈ ਗੈਰ ਬਣ ਚੁੱਕੀ ਸੀ ਫਿਰ ਛੋਟੇ ਭਰਾ ਦਾ ਖਿਆਲ ਆਇਆ ਜਿਸ ਸੈਦ ਕੀ ਤਾਂ ਇੱਥੋਂ ਤੱਕ ਵੀ ਕਹਿਤਾ ਸੀ ਕਿ ਉਹ ਅਜੇ ਵੀ ਗੱਲ ਮੰਨ ਕੇ ਵਿਆਹ ਕਰ ਲਏ ਤਾਂ ਉਹ ਆਪਣੇ ਕੋਲ ਸੱਦ ਕੇ ਉਹਦਾ ਵਿਆਹ ਆਪਣੇ ਹੱਥੀਂ ਕਰ ਦੇਵੇਗਾ ਸਾਰੀ ਦੁਨੀਆ ਦੀ ਬਦਨਾਮੀ ਉਹ ਆਪਣੇ ਸਿਰ ਲੈਣ ਨੂੰ ਤਿਆਰ ਸੀ ਬਸ ਉਹਨੂੰ ਸਿਰਫ ਆਪਣੇ ਘਰ ਵਸਦੀ ਵੇਖਣਾ ਚਾਹੁੰਦਾ ਸੀ ਪਹਾੜ ਜਿੱਡੀ ਜਵਾਨੀ ਉਹ ਕੱਲਿਆਂ ਇਟਾਂ ਵਟਿਆਂ ਨਾਲ ਠੇਡੇ ਖਾ ਕੇ ਬਤਾਉਣਾ ਕਿੱਧਰ ਲੱਤਾ ਰਮੇ ਉਸ ਹਿਰਕ ਕੇ ਵੀ ਕਹਤਾ ਸੀ ਹਾਂ ਜੇ ਤੂੰ ਆਪਣੇ ਸਕੂਲ ਚ ਸਾਰਾ ਮਨ ਲਾ ਕੇ ਉਮਰ ਬਤਾ ਸਕੇਂਗੀ ਤਾਂ ਤੇਰੀ ਮਰਜ਼ੀ ਪਰ ਮੈਨੂੰ ਪਤਾ ਹੈ ਲੋਕਾਂ ਨੇ ਤੈਨੂੰ ਬਹੁਤਾ ਚਿਰਿਆਂ ਰਹਿਣ ਨਹੀਂ ਦੇਣਾ ਬਹੁਤ ਦੁਖੀ ਕਰਨਗੇ ਮੇਰੀ ਮਰਦਾਂ ਦੀ ਦੁਨੀਆ ਚ ਕਿਸੇ ਮਰਦ ਨੂੰ ਨਾਲ ਲੈ ਕੇ ਹੀ ਤੀਵੇਂ ਤੁਰ ਸਕਦੀ ਹੈ ਅੱਗੋਂ ਤੇਰੀ ਮਰਜ਼ੀ ਕਿੰਨੀਆਂ ਲੋਕਾਰ ਗੱਲਾਂ ਸਨ ਜਿਨ੍ਹਾਂ ਦੀ ਉਹਨੂੰ ਸਮਝ ਨਹੀਂ ਸੀ ਪੈ ਰਹੀ ਉਹ ਇਦੋਂ ਵੀ ਅਲੋਕਾਰ ਗੱਲ ਸੀ ਕਿ ਜਿਹੜਾ ਜਿਹੜੇ ਸੇਠਾਂ ਪਤਵੰਤਿਆਂ ਲੋਕਾਂ ਤੇ ਹਟਵਾਣੀਆਂ ਨੇ ਉਹਨੂੰ ਮੰਦਰ ਉਸਾਰਨ ਲਈ ਛੱਜੀ ਬੁੱਕੀ ਬਿਨ ਮੰਗਿਆ ਹੀ ਧੰ ਦੇ ਦਿੱਤਾ ਸੀ ਉਹ ਹਸਪਤਾਲ ਜਾਂ ਸਕੂਲ ਉਸਾਰਨ ਲਈ 5 ਰੁਪਏ ਵੀ ਦੇਣ ਲੱਗੇ ਐ ਉਹ ਐਸਾਨ ਕਰਦੇ ਜਿਵੇਂ ਉਸੇ ਨੂੰ ਦੇ ਰਹੇ ਹੁਣ ਨਾ ਉਹ ਕੋਈ ਮੰਗਤੀ ਸੀ ਮੂੰਹ ਦਾ ਸਵਾਦ ਕੋੜਾ ਕੋੜਾ ਹੋ ਗਿਆ ਇਹਨਾਂ ਲੋਕਾਂ ਦੇ ਸੰਗ ਮਰਮਰ ਦੇ ਨਿੱਕੇ ਵੱਡੇ ਪੱਥਰਾਂ ਉੱਤੇ ਕਾਲੇ ਅੱਖਰ ਵਿੱਚ ਲਿਖੇ ਹੋਏ ਨਾਮ ਤੇ ਦਾਨ ਦਿੱਤੀਆਂ ਰਕਮਾਂ ਦੇ ਵੇਰਵੇ ਉਹਨੂੰ ਮੰਦਰ ਦੀਆਂ ਕੰਧਾਂ ਉੱਤੇ ਪਏ ਹੋਏ ਪਾਣ ਦੇ ਠੁੱਕ ਦੇ ਛਿੱਟਿਆਂ ਵਾਂਗ ਜਾਪਣ ਲੱਗ ਪਏ। ਭਗਵਾਨ ਕ੍ਰਿਸ਼ਨ ਤੇ ਰਾਧਾ ਦੋਏ ਜਿਵੇਂ ਮੱਥੇ ਵਿੱਚ ਟਿਉੜੀਆਂ ਪਾਈ ਪਹਿਲਾਂ ਇਹਨਾਂ ਪੱਥਰਾਂ 'ਵੱਲ ਵਹਿੰਦੇ ਰਹੇ ਤੇ ਫਿਰ ਉਸ ਵੱਲ ਘੂਰ ਕੇ ਵੇਖਣ ਲੱਗ ਪਏ। ਜਿਵੇਂ ਛਿੱਟੇ ਉਸੇ ਨੇ ਪਾਏ ਹੋਣ ਤਰੇਲੀ ਆ ਗਈ। ਤਰਬ ਕੇ ਉੱਠੀ ਤੇ ਗਲੀ ਵਾਲੇ ਪਾਸੇ ਉੱਚੇ ਬਨੇਰੇ ਉੱਤੇ ਰੱਖੀ ਝੱਜਰ 'ਚੋਂ ਪਾਣੀ ਦਾ ਗਲਾਸ ਭਰ ਕੇ ਕੋ ਸਾਹੇ ਪੀ ਗਈ। ਫਿਰ ਇਸ ਗੱਲ ਦਾ ਉੱਕਾ ਖਿਆਲ ਨਹੀਂ ਰਿਹਾ ਕਿ ਉਹਨੇ ਝੱਜਰ ਉੱਤੇ ਚੱਪਣੀ ਦੇਣ ਦੀ ਤਾਂ ਝੂਠਾ ਗਲਾਸ ਹੀ ਮੁੱਦਾ ਮਾਰਦਾ ਸੀ। ਪਾਣੀ ਪੀਂਦਿਆਂ ਸਾਰੀ ਖੋਰ ਤਰੇਲੀ ਆਈ ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਮੁੜਕੇ ਨਾਲ ਭਿੱਜ ਗਿਆ ਪਿੰਡੇ ਤੇ ਪਿਆ ਬਰੀਕ ਰੇਤਾ ਸੂਲਾ ਵਾਂਗ ਚੁਬਣ ਲੱਗ ਪਿਆ ਸਾ ਔਖਾ ਔਖਾ ਹੋਣ ਲੱਗ ਪਿਆ ਉਹਨੇ ਅੰਦਰੋਂ ਪੱਖੀ ਕੱਢ ਲਿਆਂ ਦੀ ਝੱਲਣ ਲੱਗੀ ਤਾਂ ਕੋਣੀ ਕੋਲੋਂ ਬਾਹ ਦੁੱਖ ਦੀ ਜਾਪੀ ਪੱਖੀ ਮੰਜੇ ਤੇ ਸੁੱਟ ਕੇ ਮੁਰ ਬਨੇਰੇ ਕੋਲ ਜਾ ਖੜੀ ਹੋਈ ਗਲੀ 'ਚ ਤੱਕਿਆ ਪਰਲੇ ਖੁੰਝੇ ਕੁਝ ਕੁੱਤੇ ਆਪੋ 'ਚ ਲੜ ਰਹੇ ਸੀ ਘੁਰ ਘੁਰ ਕਰਦੇ ਆ ਇੱਕ ਨਿੱਕੇ ਜੱਤਲ ਕੁੱਤੇ ਨੇ ਇੱਕ ਵੱਡੇ ਕੁੱਤੇ ਨੂੰ ਅੱਖ ਕੇ ਢਾ ਲਿਆ ਤੇ ਦੰਦੀਆਂ ਖਾਣ ਲੱਗ ਪਿਆ ਵੱਡਾ ਕੁੱਤਾ ਸਾਰਾ ਜ਼ੋਰ ਲਾ ਕੇ ਹੀਠੋ ਨਿਕਲਣ ਦਾ ਯਤਨ ਕਰਦਾ ਰਿਹਾ ਪਰ ਜਤਲ ਨੇ ਉਹਨੂੰ ਉੱਠਣ ਨਹੀਂ ਦਿੱਤਾ ਉਹ ਇੰਨੇ ਹਿਰਖ ਨਾਲ ਉਹਦੀਆਂ ਉਹਦੇ ਦੰਦੀਆਂ ਵੱਢ ਰਿਆ ਸੀ ਜਿਵੇਂ ਉਹਦੀਆਂ ਬੁੱਟੀਆਂ ਕਰਕੇ ਛੱਡੇਗਾ ਤੇ ਫਿਰ ਵੱਡਾ ਕੁੱਤਾ ਕਿਵੇਂ ਨਾ ਕਿਵੇਂ ਉਹਦੇ ਕੋਲੋਂ ਖਹਿੜਾ ਛੁਡਾ ਕੇ ਈਉਂ ਭੱਜਿਆ ਕਿ ਅੱਖ ਦੇ ਫੋਰਜ ਖੱਬੇ ਪਾਸੇ ਵਾਲੀ ਗਲੀ 'ਚ ਜਾ ਵੜਿਆ ਜਤਲ ਕੁੱਤਾ ਹਿਰਖਿਆ ਹੋਇਆ ਥੋੜੇ ਚਿਰ ਪਿਛੋਂ ਵਾਪਸ ਮੁੜ ਆਇਆ ਤੇ ਬਸੰਤੀ ਲਲਾਰਨ ਦੀ ਚਾਂ ਤਰੇ ਤੇ ਡੱਠੀ ਮੰਜੀ ਕੋਲਾ ਕੇ ਬਹਿ ਗਿਆ। ਬਾਕੀ ਕੁੱਤੇ ਉਸ ਵੱਲ ਹੋਰੋਂ ਹੋਰੋਂ ਝਾਕਦੇ ਘਰ ਘਰ ਘੁਰ ਘੁਰ ਕਰਦੇ ਰਹੇ ਤੇ ਫਿਰ ਵਿਛੜਦੇ ਮੇਲੇ ਵਾਂਗ ਖਿੰਡਣ ਲੱਗ ਪਏ। ਪਰ ਉਹ ਵੱਡਾ ਕੁੱਤਾ ਮੁੜ ਕੇਦਰੇ ਨਜ਼ਰ ਨਹੀਂ ਆਇਆ। ਹੀਰਾ ਦੇਵੀ ਦਾ ਮਨ ਟਿਕਾਣੇ ਆ ਗਿਆ ਸੀ। ਲੰਮਾ ਸਾ ਖਿੱਚ ਕੇ ਛੱਡਿਆ ਤੇ ਹਿੱਕ 'ਚ ਇਕੱਠਾ ਹੋਇਆ ਗੁਬਾਰ ਬਾਹਰ ਕੱਢ ਦਿੱਤਾ। ਜਦੋਂ ਮੁੜ ਮੰਝੇ ਤੇ ਆ ਕੇ ਬੈਠੀ ਤਾਂ ਹਵਾ ਵੀ ਰੁਮਕ ਪਈ। ਨਿੱਕੇ ਤੌਲੀਏ ਨਾਲ ਮੂੰਹ ਬਾਹਾਂ ਤੇ ਹਿੱਕ ਤੋਂ ਮੁੜਕਾ ਪੁੰਝਿਆ ਤੇ ਲੇਟ ਗਈ। ਅਸਮਾਨ ਤੇ ਚੜਿਆ ਰੇਤਾ ਪਾਟ ਰੇ ਸਖਨੇ ਬੱਦਲ ਵਾਂਗ ਖਿੰਡਣ ਲੱਗ ਪਿਆ ਗਰਮੀ ਰਤਾ ਘਟਦੀ ਜਾਪੀ ਪਰ ਨੀਂਦ ਅੱਖਾਂ ਚੋਂ ốcਾ ਉੱਡ ਗਈ ਸੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਵਿਚਾਰ ਧੁੰਦਲੇ ਮਿੱਟੀ ਦੇ ਡਲਿਆ ਵਾਂਗ ਅੰਦਰ ਇਕੱਠੇ ਹੋਏ ਪਏ ਸੀ ਉਹ ਨਿੱਖਰ ਨਿੱਖਰ ਕੇ ਟੈਕਣ ਲੱਗ ਪਏ ਕਤਕ ਦੀ ਮੱਸੀਆ ਦੇ ਤਾਰਿਆਂ ਵਾਂਗ ਪਿਛਲੀਆਂ ਰਾਤਾਂ ਵਾਂਗ ਬੀਤ ਤਾਂ ਇਹ ਵੀ ਗਈ ਪਰ ਜਦੋਂ ਲੋਈ ਪਾਟੀ ਤਾਂ ਦਿਨ ਦਾ ਰੰਗ ਹੋਰ ਹੋ ਗਿਆ ਜਾਪਿਆ ਰਾਤ ਦਾ ਖਲਾਟ ਖਿਲ ਰਿਆ ਹੋਇਆ ਰੇਤਾ ਸਾਫ਼ ਹੋ ਗਿਆ ਸੀ ਪੂਰਵ ਵਾਲੇ ਪਾਸੇ ਚਿਚਲਾਂਦੀ ਲਾਲੀ ਦਾ ਪਖਾੜ ਤਪੇ ਹੋਏ ਤਾਂਬੇ ਵਰਗਾ ਲੱਗਦਾ ਸੀ ਸਾਰੀ ਧਰਤੀ ਜਿਵੇਂ ਸੁੱਚੀ ਅੱਗ ਚ ਕਾਂਸੀ ਦੇ ਕੌਲ ਵਾਂਗ ਲਿਸ਼ਕ ਰਹੀ ਸੀ ਉੱਠੀ ਦਾ ਸਰੀਰ ਹੁਨੀਂਦਰੇ ਨਾਲ ਭਾਰਾ ਸੀ ਪਰ ਮਨ ਹੌਲਾ ਫੁੱਲ ਗੁਸਲ ਖਾਨੇ ਜਾ ਕੇ ਜਦੋਂ ਨਹਾਉਣ ਲੱਗੀ ਤਾਂ ਠੰਡੇ ਪਾਣੀ ਨਾਲ ਪਿੰਡੇ ਨੂੰ ਵੀ ਮਲ ਮਲ ਕੇ ਧੋ ਪੁੰਝ ਕੇ ਮਨ ਵਾਂਗ ਹੌਲਾ ਕਰ ਲਿਆ ਸ਼ੀਸ਼ੇ ਅੱਗੇ ਆ ਕੇ ਵੇਖਿਆ ਸਿਰਫ ਅੱਖਾਂ ਚ ਰਤਾ ਗਹਿਰ ਸੀ ਬਾਕੀ ਸਾਰੇ ਨਕਸ਼ ਨਿਖਰੇ ਹੋਏ ਸਜਰੇ ਸਾਵੇਂ ਲੱਗਦੇ ਸਨ ਕੰਗੀ ਕਰਨ ਲੱਗਿਆ ਅੱਖਭੀ ਪੜਪੜੇ ਉੱਤੇ ਦੋ ਕੁ ਬੱਗੇਵਾਲ ਲਿਸ਼ਕੇ ਤਾਂ ਉਸ ਬਿਨਾਂ ਸੋਚਿਆ ਵੱਖਰੇ ਕਰਕੇ ਪੁੱਟ ਦਿੱਤੇ ਤੇ ਫਿਰ ਹਲਕੇ ਬਸੰਤੀ ਰੰਗ ਦੀ ਹਵਾ ਪਿਆਜ਼ੀ ਰੰਗ ਦੇ ਵੱਡੇ ਵੱਡੇ ਫੁੱਲਾਂ ਵਾਲੀ ਸਾੜੀ ਦੇ ਨਾਲ ਬਲਾਊਜ਼ ਪਾ ਕੇ ਉਹ ਆਪਣੇ ਦਫ਼ਤਰ ਚਾਈ ਕੁਰਸੀ ਤੇ ਬੈਠਦਿਆਂ ਲੱਗਿਆ ਜਿਵੇਂ ਅੱਜ ਪਹਿਲਾ ਦਿਨ ਹੋਵੇ ਪਹਿਲਾ ਦਿਨ ਕਹਾਦਾ ਇਹ ਉਹ ਨਹੀਂ ਸੀ বুঝ ਸਕੇ ਬੱਚੇ ਸਕੂਲ ਆਉਣ ਲੱਗ ਪਏ ਸੰਸੰਬਰੇ ਸੂਰੇ ਵੇੜੇ 'ਚ ਨਵੇਂ ਝੱਗੇ ਨਿਕਰਾਂ ਪਾਈ ਰੌਲਾ ਪਾਉਂਦੇ ਹੱਸੇ ਖੇਡਦੇ ਸਾਰੇ ਘਰ ਨੂੰ ਮਿੱਠੀ ਜੀ ਧੂਫ ਵਰਗੀ ਕਿਸੇ ਉੱਪਰੀ ਸੁਗੰਧ ਨਾਲ ਭਰੀ ਜਾ ਰਹੇ ਸਨ ਉਹਨਾਂ ਦੇ ਨਾਲ ਰਲ ਕੇ ਰੌਲਾ ਪਾਉਣ ਤੇ ਖੇਡਣ ਨੂੰ ਮੱਲੋ ਮੱਲੀ ਜੀ ਕਰ ਆਇਆ ਉਮਰ ਜ਼ਿੰਮੇਵਾਰੀ ਤੇ ਸੰਗ ਦਾ ਰਤੀ ਪਰ ਵੀ ਖਿਆਲ ਕੀਤੇ ਬਿਨਾਂ ਜਦੋਂ ਉੱਠ ਕੇ ਬਾਹਰ ਆਉਣ ਲੱਗੀ ਤੈਨ ਬੂਏ 'ਚ ਚਿਕ ਵਿੱਚੋਂ ਜਿਵੇਂ ਝਾਤ ਕਰਦੀ ਛਿੰਦੀ ਨੇ ਮੂੰਹ ਕੱਢਿਆ ਤੇ ਨਰਗਸ ਦੇ ਫੁੱਲਾਂ ਵਰਗੀਆਂ ਉਹਦੀਆਂ ਅੱਖਾਂ ਵੱਡੇ ਭੈਣ ਜੀ ਨੂੰ ਏਡੇ ਸੋਹਣੇ ਰੂਪ ਚ ਦੇਖ ਕੇ ਹੈਰਾਨੀ ਤੇ ਖੁਸ਼ੀ ਨਾਲ ਲਿਸ਼ਕ ਪਈਆਂ ਹਾਏ ਹਾਏ ਭੈਣ ਜੀ ਤੁਸੀਂ ਏਡੇ ਸੋਹਣੇ ਉਹ ਵਿਚਾਰੀ ਨਮਸਤੇ ਬੁਲਾਉਣਾ ਵੀ ਭੁੱਲ ਗਈ ਸੀ ਤੇ ਤਾੜੀ ਮਾਰ ਕੇ ਉਹ ਗੱਲ ਪਹਿਲਾਂ ਕਹਿ ਗਈ ਹਾਂ ਹਾਂ ਏਡੀ ਸੋਹਣੀ ਚਿੰਦੀ ਦੀ ਏਡੀ ਸੋਹਣੀ ਭੈਣ ਜੀ ਜੋ ਹੋਈ ਉਹ ਇਹ ਕਹਿੰਦੇ ਆ ਜੰਬੇ ਦੀ ਟਾਣੀ ਵਰਗੀ ਚਿੰਦੀ ਨੂੰ ਕੱਚਾਂ ਚ ਹੱਥ ਪਾ ਕੇ ਤਾਂ ਚੁੱਕ ਲਿਆ ਤੇ ਇੱਕ ਨਾਲ ਕੁੱਟ ਕੇ ਸਾਰੇ ਜ਼ੋਰ ਨਾਲ ਉਹਦਾ ਮੂੰਹ ਚੁੰਮ ਲਿਆ ਫਿਰ ਉਹਨੂੰ ਹੋਰ ਕੁੱਟਦਿਆਂ ਬੱਚੇ ਮੰਗ ਮੋਢੇ ਲਾ ਲਿਆ ਚਿੰਦੀ ਹੋਰ ਭਵੰਤਰ ਗਈ ਪਰ ਨਾਲ ਹੀ ਉਹ ਖਿੜ ਖੜਾ ਕੇ ਇੰਨੀ ਉੱਚੀ ਹੰਸੀ ਕਿ ਵਿਚਾਰਲੇ ਲੰਘਿਓ ਵੇੜੇ ਵੱਲ ਜਾ ਰਹੇ ਕਈ ਬੱਚੇ ਡੋਰਪੌਰ ਹੋਏ ਸੇਮੀ ਅੱਖਾਂ ਨਾਲ ਚੇਕ ਨਾਲ ਮੂੰਹ ਜੋੜ ਕੇ ਅੰਦਰ ਤੱਕਣ ਲੱਗ ਪਏ ਆਓ ਆਓ ਤੁਸੀਂ ਵੀ ਅੰਦਰ ਆਓ ਮੇਰੇ ਕਾਟੇ ਬਾਟਿਓ ਚਿੰਦੀ ਨੂੰ ਕੁਛੜੋਂ ਲਾਉਂਦੇ ਆਂ ਹੀਰਾ ਦੇਵੀ ਨੇ ਉਹਨਾਂ ਨੂੰ ਕਿਹਾ ਪਰ ਉਹ ਸਗੋਂ ਡਰ ਕੇ ਵੇੜੇ ਵੱਲ ਨਸਤੁਰੇ ਚਿੰਦੀ ਤੇ ਉਹ ਸਹੇਲੀਆਂ ਵਾਂਗ ਹੱਥ ਫੜੀ ਵੇੜੇ ਚ ਆਇਆਂ ਤੇ ਸਾਰੇ ਬੱਚਿਆਂ ਦੇ ਬਿੰਦਿਆਂ ਬਿੰਦਿਆਂ ਦੋਇ ਇੱਕ ਇੱਕਲੀ ਪਾ ਕੇ ਘੁੰਮਣ ਲੱਗ ਪਏ ਆਂ ਹਾ ਜੀ ਹਾ ਜੀ ਰਾਜੂ ਤਰਖਾਨ ਦੇ ਪੁੱਤਰ ਨੇ ਸਾਰੇ ਪਵਿੱਤਰੇ ਬੱਚਿਆਂ ਨੂੰ ਜਿਵੇਂ ਚੇਤਾ ਕਰਾਇਆ ਓਏ ਬੱਦੇ ਪੈਨ ਦੀ ਨੱਤ ਦੇ ਤੇ ਫਿਰ ਉਸ ਨਾਲ ਖੜੋਤੀ ਸੋਂਦਾ ਮਲ ਦੀ ਸੁਖੜੂ ਜੀ ਪੋਤਰੀ ਨੂੰ ਸਿਰ ਹਿਲਾ ਕੇ ਕਿਹਾ ਆਪਾਂ ਬਿਨਤੀਏ ਕੁੜੀ ਸੰਗੀ ਪਰ ਪੁੱਤਰਾਂ ਨੇ ਬਸਤਾ ਵੁਗਾ ਕੇ ਮਾਰਿਆ ਤੇ ਮੱਲੋ ਮੱਲੀ ਉਹਦੇ ਹੱਥ ਫੜ ਲਏ ਕਈ ਬੱਚੇ ਉਹਨਾਂ ਵੱਲ ਤੇ ਕਦੀ ਕਦੀ ਕਈ ਛਿੰਦੀ ਦੇ ਵੱਡੇ ਭਾਂਜੀ ਵੱਲ ਬਿੰਦ ਦਾ ਬਿੰਦ ਤਾਂ ਸੈਮੇ ਸੈਮੇ ਵਹਿੰਦੇ ਰਹੇ ਤੇ ਫਿਰ ਉਹਨਾਂ ਸਾਰਿਆਂ ਨੂੰ ਹੀ ਜਿਵੇਂ ਹਾਲ ਚੜ ਗਿਆ ਕਈ ਵੱਡੇ ਭੈਣ ਜੀ ਦੁਆਲੇ ਇਕੱਠੇ ਹੋ ਕੇ ਤਾੜੀਆਂ ਮਾਰਦੇ ਹੱਸਦੇ ਨੱਚਣ ਲੱਗ ਪਏ। ਕਈ ਕਿਕਲੀਆਂ ਪਾਉਣ ਲੱਗ ਪਏ ਤੇ ਕਈ ਬਰਾਂਡਿਆਂ 'ਚ ਜਾ ਕੇ ਨਿੱਤ ਖੁਸ਼ੀ ਦੇ ਮੌਕਿਆਂ ਤੇ ਵਿਆਹਾਂ ਉੱਤੇ ਵੱਜਦੇ ਤਵਿਆਂ ਵਾਲੇ ਗੀਤ ਗਾਉਣ ਲੱਗ ਪਏ। ਭੈਣ ਜੀ ਭੈਣ ਜੀ ਥੱਕ ਗਈ ਹੁਣ ਗੀਤ ਗਾਈਏ। ਛਿੰਦੇ ਨੇ ਹੋਕਦਿਆਂ ਥੰਮ ਕੇ ਗਿਆ। ਸਾਹ ਉਹਦਾ ਵੀ ਚੜ ਗਿਆ ਸੀ ਸਿਰ ਨੂੰ ਘੇਰ ਚੜਨ ਲੱਗ ਪਈ ਸੀ। ਪਰ ਹਟਣ ਨੂੰ ਜੀ ਨਹੀਂ ਸੀ ਕਰਦਾ ਆਲੇ ਦੁਆਲੇ ਵੇਖਿਆ ਤਾਂ ਕੋਈ 20-30 ਬੱਚੇ ਕੰਨ ਪਾੜਵੀਆਂ ਆਵਾਜ਼ਾਂ ਨਾਲ ਉਲੋੜਮਚੋਂ ਦੇ ਨੱਚ ਗਾ ਰਹੇ ਸਨ ਬੇਸੁਰੇ ਜਿਨੇ ਕਿਨਕੇ ਗੀਤ ਫਿਰ ਵੀ ਉਹਨਾਂ ਦੇ ਵਜਦ ਚ ਹਿਲਦੇ ਸਿਰ ਹੱਥਾਂ ਦੇ ਇਸ਼ਾਰੇ ਤੇ ਪੈਰਾਂ ਦੇ ਤਾਲ ਚ ਮੀਰਾ ਦੇ ਭਜਨਾ ਵਰਗੀ ਕੋਈ ਤਪਸ਼ ਤੇ ਪਵਿੱਤਰਤਾ ਸੀ ਬੜਾ ਇੱਕਜੋੜ ਸੁਮੇਲ ਲੱਗਦਾ ਸੀ ਇਨਕਲਾਬ ਜ਼ਿੰਦਾਬਾਦ ਦਫ਼ਤਰ ਦੀ ਵਿਹੜੇ ਬਿਲਕੁਲ ਦੀ ਤਾਕੀ ਦੇ ਤਖਤੇ ਇੱਕਦਮ ਖੁੱਲੇ ਤੇ ਮੁੱਕਾ ਵੱਟ ਕੇ ਮੁਸਕਰਾਉਂਦੇ ਆ ਸੁਰਿੰਦਰ ਨੇ ਨਾਰਾ ਲਾਇਆ ਪਹਿਲਾਂ ਸਾਰੇ ਬੱਚੇ ਸਹਿਮ ਗਏ ਪਰ ਪੁੱਤਰ ਉਹਦਾ ਇਸ਼ਾਰਾ ਸਮਝ ਕੇ ਚੀਕਿਆ ਇਨਕਲਾਬ ਕਈ ਬੱਚੇ ਉਹਦੇ ਪਿਛੇ ਥੜਕਨ ਜੀ ਖਿੜਕਵੀ ਜੀ ਆਵਾਜ਼ ਟ ਬੋਲੇ ਜਿੰਦਾਬਾਦ ਤੇ ਫਿਰ ਨਾਰੇ ਤੇ ਨਾਰੇ ਲੱਗਣੇ ਸ਼ੁਰੂ ਹੋ ਗਏ ਹੀਰਾ ਦੇਵੀ ਨੂੰ ਪਤਾ ਨਹੀਂ ਸੰਗ ਕਰਕੇ ਜਾਂ ਘਬਰਾਟ ਕਰਕੇ ਤ੍ਰਿਲੀ ਆ ਗਈ ਉਸ ਉੱਚੀ ਸਾਰੀ ਹੋਕਰਾਂ ਮਾਰ ਕੇ ਬੱਚਿਆਂ ਨੂੰ ਚੁੱਪ ਕਰਾਇਆ ਤੇ ਮੁਸਕਰਾਉਂਦਿਆਂ ਪਿਆਰ ਨਾਲ ਬੋਲੀ ਹੁਣ ਸਾਡੇ ਸਾਰੇ ਬੱਚੇ ਆਪੋ ਆਪਣੀ ਥਾਂ ਬੈਠਣਗੇ ਪ੍ਰਾਰਥਨਾ ਦਾ ਵੇਲਾ ਹੋ ਗਿਆ ਆਪੋ ਆਪਣੀ ਥਾਂ ਬੈਠਣਗੇ ਪੁੱਤਰ ਚੌਰਚ ਉਹਦੇ ਮਗਰ ਹੌਲੀ ਹੌਲੀ ਬੋਲਿਆ ਫਿਰ ਉਸੇ ਵੇਲੇ ਬਾਹਰ ਖੜੀ ਕਰਕੇ ਕੂਕਿਆ ਇਨਕਲਾਬ ਫਿਰ ਉਹ ਰੌਲਾ ਬੱਚੇ ਮੱਛਰਗੇ ਲੱਗਦੇ ਸੀ ਉਹਨਾਂ ਨੂੰ ਚੁੱਪ ਕਰਾਉਂਦੀ ਮੁਸਕਰਾਉਂਦੀ ਦਫ਼ਤਰਵਾਲ ਚਲੀ ਗਈ ਛਿੰਦੀ ਨੇ ਉਹਦੇ ਪਿੱਛੇ ਗਿੱਧਾ ਪਾਇਆ ਬਾਕੀ ਬੱਚੇ ਉਵੇਂ ਹੁੱਲੜ ਮਚਾਉਂਦੇ ਰੌਲਾ ਰੱਪਾ ਪਾਉਂਦੇ ਰਹੇ ਵਧਾਈਆਂ ਮੁਬਾਰਕਾਂ ਸੁਰਿੰਦਰ ਨੇ ਉਹਨੂੰ ਉਹਦੇ ਅੰਦਰ ਵੜਦਿਆਂ ਹੀ ਤਾੜੀ ਵਜਾਈ ਤੇ ਵੇਗ ਚ ਆਉਂਦੇ ਆ ਬੋਲਿਆ ਹੁਣ ਮੈਂ ਤੁਹਾਡੇ ਸਕੂਲ ਵਿੱਚ ਬਿਨਾਂ ਤਨਖਾਹੋਂ ਹੀ ਕੰਮ ਕਰ ਸਕਦਾ ਤੇ ਰੋਟੀ ਕਿੱਥੋਂ ਖਾਓਗੇ ਕੁਝ ਵਿਅੰਗ ਨਾਲ ਕੁਝ ਹਾਸੇ ਨਾਲ ਹੀਰਾ ਦੇਵੀ ਨੇ ਕਿਹਾ ਤੇ ਆਪਣੀ ਸਾੜੀ ਦੇ ਬੱਟਾ ਨੂੰ ਪੱਲੇ ਨੂੰ ਠੀਕ ਕਰਦਿਆਂ ਕੁਰਸੀ ਤੇ ਬੈਠਦਿਆਂ ਮੁਸਕਰਾ ਕੇ ਕਿਹਾ ਤੁਹਾਡੇ ਵਾਸਤੇ ਤਾਂ ਸਭ ਤੋਂ ਮੁੱਖ ਗੱਲ ਰੋਟੀ ਐ ਨਾ ਸੁਰਿੰਦਰ ਦਾ ਚਿਹਰਾ ਇੱਕਦਮ ਗੰਭੀਰ ਹੋ ਗਿਆ ਪਰ ਉਸੇ ਵੇਲੇ ਸੰਭਲਦਿਆਂ ਉਹਨੇ ਰੌਮ ਬਦਲਦਿਆਂ ਉਸੇ ਵਾਂਗ ਕੁਝ ਹਾਸੇ ਨਾਲ ਕੁਝ ਵਿਅੰਗ ਨਾਲ ਕਿਹਾ ਆਖਿਰ ਮਨੁੱਖ ਕੇਵਲ ăn ਖਾਣ ਲਈ ਤਾਂ ਇਸ ਪ੍ਰਿਥਵੀ ਤੇ ਨਹੀਂ ਨਾ ਆਇਆ ਦੇਵੀ ਜੀ ਅੱਛਾ ਜੀ ਹੀਰਾ ਦੇਵੀ ਉਵੇਂ ਵੀ ਅੰਗ ਨਾਲ ਮੁਸਕਰਾਈ ਸੱਚੀ ਅੱਜ ਤੁਹਾਨੂੰ ਇਸ ਰੂਪ ਚ ਦੇਖ ਕੇ ਖੁਸ਼ੀ ਬਹੁਤ ਹੋਈ ਹੈ ਬਹੁਤ ਹੀ ਖੁਸ਼ੀ ਹੋਈ ਹੈ ਕਹਿ ਖੁਸ਼ੀ ਧੰਨਵਾਦ ਇਹਦੀ ਤਾਂ ਮੈਨੂੰ ਲੋੜ ਨਹੀਂ ਪਰ ਸੱਚ ਜਾਣਿਓ ਇਸ ਗੱਲ ਤੇ ਮੈਂ ਬਹੁਤ ਹੀ ਖੁਸ਼ ਹਾਂ ਉਹ ਬਾਰ-ਬਾਰ ਇਹ ਬਹੁਤ ਖੁਸ਼ੀ ਵਾਲੇ ਸ਼ਬਦ ਦੁਹਰਾਣਾ ਚਾਹੁੰਦਾ ਸੀ ਪਰ ਇੰਜ ਕਹਿਣਾ ਉੱਚਾ ਵੀ ਲੱਗਦਾ ਸੀ ਸੋ ਹੋਰ ਕੁਝ ਨਹੀਂ ਕਹਿ ਸਕਿਆ ਹੀਰਾ ਦੇਵੀ ਦੇ ਚਿਹਰੇ ਉੱਤੇ ਲੜਕੁੜੀਆਂ ਵਾਂਗ ਸੰਗ ਦੀ ਨਿੰਮੀ ਸੋਹੀ ਭਾਈ ਤਾਂ ਸਾੜੀ ਦਾ ਪੱਲਾ ਸਿਰ ਤੇ ਲੈ ਕੇ ਠੀਕ ਕਰਦਿਆਂ ਬੋਲੀ ਸੱਚ ਦੱਸਿਓ ਮੇਰੀ ਇਹ ਸਾੜੀ ਸੋਹਣੀ ਲੱਗਦੀ ਹੈ ਜਦੋਂ ਆਤਮਾ ਸੋਹਣੀ ਹੋਵੇ ਉਦੋਂ ਹਰ ਚੀਜ਼ ਸੋਹਣੀ ਲੱਗਣ ਲੱਗ ਪੈਂਦੀ ਹੈ ਨਾਲੇ ਤੁਹਾਡੇ ਰੰਗ ਤੇ ਤਾਂ ਇਹ ਰੰਗ ਬਹੁਤਾ ਹੀ ਨਿਖਰਿਆ ਹੈ ਸੱਚੀ ਝੂਠ ਮੈਂ ਤਾਂ ਬੋਲਾਂ ਜੇ ਤਨਖਾਹ ਵਧਣ ਦੀ ਕੋਈ ਆਸ ਹੋਵੇ ਉਹ ਤਾਂ ਵਧਣੀ ਨਹੀਂ ਇੱਕ ਵਾਰ ਤਾਂ ਉਸ ਅੱਖਾਂ ਨੀਵੀਆਂ ਪਾ ਲਈਆਂ ਪਰ ਫੇਰ ਮੁਸਕਰਾਉਂਦੇ ਆ ਨਿਗਾ ਉੱਚੀ ਕੀਤੀ ਤੇ ਬੋਲੀ ਤਨਖਾਹ ਤਾਂ ਹੁਣ ਤੁਹਾਡੇ ਕੋਲੋਂ ਮੈਂ ਲਿਆ ਕਰਾਂਗੀ ਜਿੱਦੇ ਮਾਤੜ ਤਨਖਾਹ ਦੇਣ ਜੋਗੇ ਹੋ ਗਏ ਉਦੋਂ ਸੂਰਜ ਪੱਛਮੋਂ ਚੜ੍ਹਿਆ ਕਰਨਾ ਨਾਲੇ ਮੈਂ ਇਹਦਾ ਉਹੀ ਹਾਮੀ ਨਹੀਂ ਕਿ ਤਨਖਾਹ ਦੇਣ ਜੋ ਗਵੀ ਹੋ ਜਾਵਾਂ ਚਲੋ ਇਹ ਉਹ ਨਾ ਸਹੀ ਜੇ ਆਪਾਂ ਇੱਕ ਦੂਜੇ ਦੀ ਥਾਂ ਬਦਲ ਲਈਏ ਫਿਰ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਖੈਰ ਛੱਡੋ ਇਹ ਗੱਲਾਂ ਤਾਂ ਐਵੇਂ ਵਾਧੂ ਦੀਆਂ ਹੋਈਆਂ ਪਰ ਸੱਚੀ ਅੱਜ ਤਾਂ ਤੁਹਾਨੂੰ ਮੁਰਮੁਰ ਵਧਾਈਆਂ ਦੇਣ ਨੂੰ ਜੀ ਕਰਦਾ ਵਧਾਈਆਂ ਵਾਲੀ ਗੱਲ ਤਾਂ ਅਜੇ ਮੈਂ ਦੱਸੀ ਨਹੀਂ ਸ਼੍ਰੀਮਾਨ ਜੀਓ ਕੋਈ ਐਦੋਂ ਵੀ ਵੱਡਾ ਇਨਕਲਾਬ ਆਇਆ ਹੈ ਕਿ ਆਉਣ ਵਾਲਾ ਹੀਰਾ ਦੇਵੀ ਨੇ ਸਿਰਫ ਸਿਰ ਹਲਾਇਆ ਤੇ ਨਿਸੰਗ ਮੁਸਕਰਾਈ ਸਿੱਧਾ ਉਹਦੀਆਂ ਅੱਖਾਂ 'ਚ ਤੱਕਿਆ ਸੁਰਿੰਦਰ ਨੇ ਜ਼ੋਰ ਦੀ ਤਾੜੀ ਵਜਾਈ ਤੇ ਛੇਤੀ ਦੇਣੇ ਖੜਾ ਹੁੰਦਿਆਂ ਬੋਲਿਆ ਅੱਛਾ ਮੈਂ ਸਾਰਾ ਹੁਣੇ-ਹੁਣੇ ਨਹੀਂ ਪੁੱਛਣਾ ਫਿਰ ਮੇਰਾ ਇਹ ਉਤਸ਼ਾਹ ਨਹੀਂ ਰਹਿਣਾ ਹਾਲੇ ਕੁਝ ਚਿਹਰੇ ਸਨਕਲਾਬ ਦੇ ਅਹਿਸਾਸ ਦਾ ਹੀ ਆਨੰਦ ਮਾਣ ਲੈਣ ਦਿਓ ਚਲਿਏ ਪ੍ਰਾਰਥਨਾ ਦਾ ਵਕਤ ਹੋ ਗਿਆ ਉਹ ਦੋਈ ਬਾਹਰ ਆਏ ਐਨ ਉਸੇ ਵੇਲੇ ਦੋ ਅਧਿਆਪਕਾਂ ਵੀ ਅੰਦਰ ਆਈਆਂ ਉਹਨਾਂ ਨੇ ਵੀ ਇਕੱਠਿਆਂ ਨਮਸਤੇ ਬੁਲਾ ਕੇ ਬੜੀ ਹੈਰਾਨੀ ਨਾਲ ਉਹਨੂੰ ਸਿਰ ਤੋਂ ਪੈਰਾਂ ਤੱਕ ਨਿਖਰਿਆ ਤੇ ਮੁਸਕਰਾ ਪਈਆਂ ਨਿਖਰਿਆ ਤੇ ਮੁਸਕਰਾ ਪਈਆਂ ਕਿਉਂ ਤੁਹਾਨੂੰ ਵੀ ਬਹੁਤ ਸੋਹਣੀ ਲੱਗਦੀ ਹੈ ਉਸ ਵੀ ਅੱਗੇ ਮੁਸਕਰਾਉਂਦੀਆਂ ਕਿ ਹਾਂ ਜੀ ਵੱਡੇ ਲੰਮੇ ਕਦਾਲੀ ਸੀ ਤਾਂ ਰਾਣੀ ਸਹਿਮ ਜੀ ਗਈ ਤੇ ਚਿਹਰਾ ਇਕਦਮ ਗੰਭੀਰ ਹੋ ਗਿਆ ਮੈਨੂੰ ਤਾਂ ਬਹੁਤ ਚੰਗੇ ਲੱਗਦੇ ਹੋ ਭੈਣ ਜੀ ਛੋਟੀ ਸੰਤੋਸ਼ ਕੁਮਾਰੀ ਨੇ ਮੁਸਕਰਾਉਂਦਿਆਂ ਕਿਹਾ ਰੋਜ਼ ਇਹੋ ਜਿਹੇ ਕੱਪੜੇ ਪਾਇਆ ਕਰੋ ਅੱਛਾ ਚੰਗਾ ਹੁਣ ਰੋਜ਼ ਹੀ ਪਾਇਆ ਕਰੋ ਉਹ ਬੇਮਤਲਬੀ ਕਹਿ ਕੇ ਮਾਰ ਕੇ ਹੱਸ ਪਈ ਕੋਣ ਹੌਸਲਾ ਕਰਕੇ ਹੀਰਾ ਦੇਵੀ ਵੀ ਮੁਸਕਰਾ ਪਈ। ਉਸੇ ਵੇਲੇ ਕੇਸਰੀ ਵੀ ਕਾਲੀ-ਕਾਲੀ ਅੰਦਰ ਆਈ ਤੇ ਸਾਰਿਆਂ ਨੂੰ ਨਮਸਕਾਰ ਕਰਦੇ ਆਂ ਜਦੋਂ ਹੀਰਾ ਦੇਵੀ ਵੱਲ ਗੌਰ ਨਾਲ ਵੇਖਿਆ ਤਾਂ ਪਵਿੱਤਰ ਗਈ। ਹੀਰਾ ਦੇਵੀ ਨੇ ਸਭ ਨੂੰ ਮੁਸਕਰਾਉਂਦੇ ਅੱਖ ਨਾਲ ਸਹਿਨਤ ਕੀਤੀ। ਕੇਸਰੀ ਭਾਵੁਕ ਹੋ ਕੇ ਸਿਰ ਤੋਂ ਪੈਰਾਂ ਤੱਕ ਵਰਕ ਗਈ। ਬੱਚੇ ਪ੍ਰਾਰਥਨਾ ਲਈ ਇਕੱਠੇ ਹੋਣ ਲੱਗ ਪਏ ਪਰ ਅੱਗੇ ਵੰਗ ਅਜੋਨਾਂ ਵਿੱਚੋਂ ਕੋਈ ਚੁੱਪ-ਚਾਪ ਸਹਿਮਿਆ ਦਰਿਆ ਹੋਇਆ ਨਹੀਂ ਸੀ। ਖੜੋਤਾ ਸਾਰੇ ਮੁਸਕਰਾ ਰਹੇ। ਹੱਸ ਰਹੇ ਸਨ ਵੱਡੇ ਭੈਣ ਜੀ ਨੂੰ ਵੇਖ-ਵੇਖ ਸੈਂਤਾ ਕਰਦੇ ਚੌੜ ਕਰ ਰਹੇ ਸਨ ਪ੍ਰਾਰਥਨਾ ਸ਼ੁਰੂ ਹੋਣ ਲੱਗੀ ਤਾਂ ਛਿੰਦੀ ਤੇ ਸੀਮੋ ਗਾਉਣ ਲਈ ਉਹਨਾਂ ਦੇ ਕੋਲ ਆਈਆਂ ਦੋਵਾਂ ਦੀਆਂ ਅੱਖਾਂ 'ਚ ਹੀਰਾ ਦੇਵੀ ਨੂੰ ਸ਼ਰਾਰਤ ਦੇ ਨਾਲ ਨਾਲ ਡੂੰਘੇ ਨਿਤਰੇ ਪਾਣੀ ਵਰਗੇ ਲਿਸ਼ਕ ਦਿੱਸੀ ਆਪਣਾ ਨਿਖਰਿਆ ਚਿਹਰਾ ਤੇ ਵੱਡੀ ਫੁੱਲਾਂ ਵਾਲੀ ਸਾੜੀ ਦਾ ਅਕਸ ਵੀ ਅੱਖ ਦੇ ਫੋਰ 'ਚ ਉਸ ਉਹਨਾਂ ਦੀਆਂ ਕਾਕੀਆਂ 'ਚ ਵੇਖ ਲਿਆ ਸੀ ਕੁੜੀਆਂ ਨੇ ਸੁਰੀਲੀ ਆਵਾਜ਼ 'ਚ ਸੁਰਿੰਦਰ ਦਾਸ ਸਿਖਾਇਆ ਇੱਕ ਗੀਤ ਆਰੰਭ ਕੀਤਾ ਜਿਸ 'ਚ ਦੇਸ਼ ਦੀ ਅਤ ਸੁੰਦਰ ਧਰਤੀ ਇਹਦੇ ਸੋਹਣੇ ਨਰੋਏ ਪਿਆਰ ਨਾਲ ਢਲ-ਢੁਲ ਪੈਂਦੇ ਲੋਕਾਂ ਦਾ ਵਰਣਨ ਸੀ। ਇਹਦੀ ਤਰਜ਼ 'ਚ ਡੂੰਗੀ ਗੰਭੀਰਤਾ ਦੇ ਨਾਲ ਨਾਲ ਇੱਕ ਉਦਾਸੀ ਵੀ ਸੀ। ਇਹੋ ਲੱਗਦਾ ਸੀ ਜਿਵੇਂ ਇਸ ਪਿੱਛੇ ਆਪਣੀ ਉਹ ਭਾਵਨਾ ਲੁਕਾ ਦਿੱਤੀ ਹੋਵੇ। ਜਿਹੜੀ ਉਹ ਹਰ ਵੇਲੇ ਆਪਣੇ ਲੋਕਾਂ ਬਾਰੇ ਚਿੱਤ ਵਿੱਚ ਸਮੋਈ ਰੱਖਦਾ ਸੀ ਵਿਸ਼ੇਸ਼ ਕਰਕੇ ਉਹਨਾਂ ਦੀ ਅਧੋਗਤੀ ਅਗਿਆਨਤਾ ਤੇ ਗਰੀਬੀ ਸਬੰਧੀ ਸ਼ਬਦਾਂ ਤੋਲ-ਤੁਕਾਂਤ ਸੁਰਾਂ ਦਾ ਜਿਆ ਸਮੇਲ ਸੀ ਕਿ ਉਹਨੂੰ یوں ਮਹਿਸੂਸ ਹੋਇਆ ਕਿ ਗੀਤ ਜਦੋਂ ਆਰੰਭ ਹੋਇਆ ਸੀ ਤਾਂ ਫੁੱਲਾਂ ਉੱਤੇ ਪਈ ਤ੍ਰੇਲ ਤੇ ਸਰਗੀ ਵੇਲੇ ਦੇ ਚਾਨਣ ਵਰਗਾ ਦ੍ਰਿਸ਼ ਅੱਖਾਂ ਸਾਹਮਣੇ ਸাকার ਹੋਣ ਲੱਗ ਪਿਆ ਪਰ ਜਦੋਂ ਗੀਤ ਸਮਾਪਤ ਹੋਇਆ ਤਾਂ ਜਾਪਿਆ ਜਿਵੇਂ ਹਾਰ ਦੇਠ ਦਾ ਤਪਦਾ ਸੂਰਜ ਹੌਲੀ-ਹੌਲੀ ਉੱਚਾ ਹੁੰਦਾ ਫੁੱਲਾਂ ਤੇ ਪਈ ਤ੍ਰੇਲ ਨੂੰ ਆਪਣੇ ਤੇਜ਼ ਨਾਲ ਹਵਾ ਚ ਮਲਾ ਗਿਆ ਹੋਵੇ ਫੁੱਲਾਂ ਦੀਆਂ ਪੱਤੀਆਂ ਉਸ ਕਾਠੀਆਂ ਕਰਕੇ ਏ ਕੜਾ ਦਿਤੀਆਂ ਹੁਣ ਤੇ ਉਹਨਾਂ ਦਾ ਰੂਪ ਇੱਕ ਹੱਡਲ ਮਨੁੱਖ ਦੇ ਵਟੇ ਹੋਏ ਮੁੱਕੇ ਵਰਗਾ ਬਣ ਗਿਆ ਹੋਵੇ ਅਜੀਬ ਖਿਆਲਾਂ ਦਾ ਵੇਗ ਸੀ ਕੋਣ ਅੱਖੀ ਨਿਗਾਹ ਸੁਰਿੰਦਰਵਲ ਤੱਕਿਆ ਉਹਦੇ ਚਿਹਰੇ ਤੇ ਉਹ ਸਾਰੇ ਪ੍ਰਭਾਵ ਰਲ ਗੱਡੇ ਹੋਏ ਦਿੱਸੇ ਜਿਹੜੇ ਹੁਣੇ ਗੀਤ ਵਿੱਚ ਕੁੜੀਆਂ ਨੇ ਗਾਏ ਸੀ ਉਹਦੇ ਨਕਸ਼ ਕਾਠ ਵਾਂਗ ਸਖਤ ਹੋਏ ਜਾਪਦੇ ਸੀ ਅੱਖਾਂ ਚ ਇੱਕ ਅਜੀਬ ਚੋਬ ਸੀ ਜੋ ਚੱਲੀ ਨਹੀਂ ਸੀ ਜਾ ਸਕਦੀ ਲਮੂਤਰੇ ਤਿੱਖੇ ਨਕਸ਼ਾਂ ਵਾਲੇ ਕਾਠੇ ਚਿਹਰੇ ਉਤੇ ਇੱਕ ਕਸਾ ਹਰ ਵੇਲੇ ਕਾਇਮ ਰਹਿੰਦਾ ਸੀ ਪਰ ਇਹ ਇੰਝ ਪ੍ਰਤੱਖ ਨਹੀਂ ਸੀ ਦਿਸਦਾ ਹੁੰਦਾ ਜਿਵੇਂ ਹੁਣ ਦਿਸਦਾ ਸੀ ਸਾਰਾ ਵਾਤਾਵਰਨ ਸੁਖਾਵਾਂ ਸੁੰਦਰ ਸੰਤੁਸ਼ਟੀ ਭਰਿਆ ਸੀ ਪਰ ਇਸ ਵਿੱਚ ਲਾ ਖਿਚਾਈ ਸਾਰੇ ਮਾਹੌਲ ਦਾ ਇੱਕ ਅਨਿਖੜਵਾ ਭਾਗ ਸੀ ਜਿਵੇਂ ਲੁੜੀਂਦਾ ਹੋਵੇ ਪ੍ਰਾਰਥਨਾ ਪਿੱਛੋਂ ਸਾਰੇ ਬੱਚੇ ਆਪੋ ਆਪਣੀ ਥਾਂ ਚਲੇ ਗਏ ਉਹ ਸੁਰਿੰਦਰ ਨੂੰ ਕਹਿ ਕੇ ਫੰਡ ਲਈ ਮੰਡੀ ਦੇ ਦੋ ਤਿੰਨ ਪਤਵੰਤਿਆਂ ਦੇ ਘਰੀ ਜਾਣ ਲਈ ਤਿਆਰ ਹੋਈ ਤਾਂ सुरेंद्र ਨੇ ਗੰਭੀਰ ਹੋ ਕੇ ਕਿਹਾ ਚੰਗਾ ਹੈ ਤੁਸੀਂ ਅੱਜ ਨਾ ਜਾਓ ਕਿਉਂ ਲੋਕਾਂ ਤੁਹਾਨੂੰ ਮਾਫ ਨਹੀਂ ਕਰਨਾ ਮੈਂ ਕਿਸੇ ਭੜੂਏ ਤੋਂ ਮਾਫੀ ਨਹੀਂ ਮਚਾਉਂਦੀ ਉਸ ਕਰੜੀ ਆਵਾਜ਼ ਸਕੇ ਤੇ सुरेंद्र ਦੇ ਚਿਹਰੇ ਵਰਗਾ ਤਣਾ ਉਹਦੇ ਕੋਮਲ ਨਕਸ਼ਾ ਤੇ ਆ ਗਿਆ सुरेंद्र ਨੇ ਇੱਕ ਵਾਰ ਭਵਤਰ ਕੇ ਉਸ ਵੱਲ ਤੱਕਿਆ ਤੇ ਫਿਰ ਮੁਸਕਰਾ ਕੇ ਕਿਹਾ ਸੱਚੀ ਅੱਜ ਤੇ ਉਹ ਲੱਗਦਾ ਜਿਵੇਂ ਸਾਮਰਤਕ ਚੰਡੀ ਪ੍ਰਗਟ ਹੋ ਗਈ ਹੋਵੇ ਮੈਂ ਬਹੁਤ ਖੁਸ਼ ਹਾਂ ਬੜਾਈ ਅਨੰਦ ਵਿੱਚ ਖਬਰੇ ਸਭ ਕੁਝ ਤੁਹਾਡੀ ਮਿਹਰਬਾਨੀ ਹੋਵੇ ਜਨਾਬ ਇਹ ਕਹਿੰਦੇ ਆ ਸਾਰੋ ਤੁਰ ਗਈ ਸੁਰਿੰਦਰ ਉਹਦੇ ਵਾਕ ਦੇ ਸਤਰੰਗੀ ਪੀਂਘ ਦੇ ਰੰਗਾ ਵਰਗੇ ਭਾਵਾਂ ਨੂੰ ਨਿਰਖਦਾ ਰਿਹਾ ਜਿਵੇਂ ਰੰਗਾਂ ਦਾ ਨਖੇੜਾ ਕਰਨ ਦਾ ਯਤਨ ਕਰ ਰਿਹਾ ਹੋਵੇ ਦਿਨ ਅੱਜ ਬੜਾ ਤਪਿਆ ਹੋਇਆ ਸੀ ਸੂਅਕਤਈ ਲੋ ਵੀ ਚੱਲਣ ਲੱਗ ਪਈ ਸੀ ਅੱਧੀ ਛੁੱਟੀ ਹੋਣ ਤੱਕ ਹੀਰਾ ਦੇਵੀ ਮੁੜਾਈ ਕੇਸਰੀ ਨੂੰ ਸੁਨੇਹਾ ਦੇ ਕੇ ਭੇਜਿਆ ਸੁਰਿੰਦਰ ਆ ਗਿਆ ਉਹ ਰੋਮਾਲ ਨਾਲ ਮੁੜਕਾ ਪਹੁੰਚਦੀ ਤੇ ਮੱਥੇ ਤੇ ਖਿਲਰੇ ਵਾਲਾ ਨੂੰ ਸੂਤ ਕਰਦੀ ਕਰੜੀ ਆਵਾਜ਼ ਥੋਲੀ ਮੇਰੀ ਕੋਈ ਗੱਲ ਮੰਨ ਸਕਦੇ ਹੋ ਕੀ ਸੁਰਿੰਦਰ ਉਦੇ ਚਿਹਰੇ ਦੀ ਤਪਸ਼ ਸਖਤਾਈ ਤੇ ਸਥਿਰਤਾ ਵੇਖ ਕੇ ਡੋਰਪਾਰ ਹੋਇਆ ਉਸ ਵੱਲ ਝਾਕਿਆ ਤੇ ਕੁਰਸੀ ਤੇ ਬੈਠਣਾ ਵੀ ਭੁੱਲ ਗਿਆ ਬੈਠ ਜਾਓ ਉਸ ਉਸੇ ਰੋਂਚ ਗਿਆ ਬੈਠ ਕੇ ਮੇਰਾ ਸਵਾਲ ਦਾ ਜਵਾਬ ਦਿਓ ਬੈਠ ਕੇ ਮੇਰੇ ਸਵਾਲ ਦਾ ਜਵਾਬ ਦਿਓ ਮੈਂ ਸਵਾਲ ਹੀ ਨਹੀਂ ਸਮਝਿਆ ਜਵਾਬ ਕੀ ਦਵਾਂ ਉਹ ਕੁਰਸੀ ਤੇ ਬੈਠਦੇ ਆ ਕਿਆ ਸਵਾਲ ਮੈਂ ਸਮਝਾ ਦਿੰਨੀ ਆ ਉਸ ਲੰਮਾ ਸਾਹ ਖਿੱਚਿਆ ਤੇ ਉਬਰੀ ਹੋਈ ਇੱਕ ਉਤੇ ਸਾੜੀ ਦੇ ਪੱਲੇ ਉੱਧਲੇ ਵੱਡੇ ਵੱਡੇ ਫੁੱਲ ਜਿਵੇਂ ਪਖਣ ਲੱਗ ਪਏ ਇੱਕ ਬਿੰਦ ਚੁੱਪ ਰਹਿ ਕੇ ਉਸ ਮੇਜ਼ ਵੱਲ ਨੁਚਕ ਦੇ ਆਤ ਨਾਲ ਗਿਆ ਪਹਿਲਾਂ ਇਹ ਦੱਸੋ ਜੇ ਮੈਂ ਤੁਹਾਨੂੰ ਕਾਹ ਕਿ ਤੁਸੀਂ ਵਿਆਹ ਕਰਾ ਲਓ ਮੇਰੀ ਗੱਲ ਮੰਨ ਲਓਗੇ ਐਤ ਕੀ ਸੱਚੀ ਉਹ ਪਵਿੱਤਰ ਗਿਆ ਗੱਲ ਦਾ ਸਿਰ ਪਿਆਰ ਕੋਈ ਨਹੀਂ ਸੀ ਦੱਸਦਾ ਬਿੰਦਕ ਰੁੱਕ ਕੇ ਬੋਲੇ ਮੈਂ ਤੁਹਾਡੀ ਗੱਲ ਦਾ ਉਹ ਕਾ ਭਾਵ ਨਹੀਂ ਸਮਝਿਆ ਪਰ ਜਿੱਥੋਂ ਤੱਕ ਤੁਹਾਡੇ ਆਖੇ ਵਿਆਹ ਕਰਾਉਣ ਦਾ ਸਵਾਲ ਹੈ ਉਹ ਇੱਕ ਸ਼ਰਤ ਤੇ ਕਰਵਾ ਸਕਦਾ ਕੁੜੀ ਮੇਰੇ ਉੱਤੇ ਭਾਰ ਬਣਨ ਵਾਲੀ ਨਾ ਹੋਵੇ ਹੋਰ ਕੋਈ ਸ਼ਰਤ ਨਹੀਂ ਸ਼ਾਇਦ ਅੱਗੇ ਵੀ ਕਈ ਵਾਰੀ ਆਪਣੀ ਸਰਸਰੀ ਗੱਲ ਹੋਈ ਹੈ ਵਿਆਹ ਤਾਂ ਮੈਂ ਜ਼ਰੂਰ ਕਰਾਉਣਾ ਹੈ ਪਰ ਮਤਲਬ ਦੀ ਕੁੜੀ ਕੋਈ ਥਿਆਵੇ ਤਾਂ ਕਰਾਵਾਂ ਨਾ ਮੈਨੂੰ ਪਤਾ ਹੈ ਮੈਂ ਤਾਂ ਹੁਣ ਅਸਲ ਹਰ ਤਰ੍ਹਾਂ ਦੇ ਮਰਦਾਂ ਦਾ ਇਮਤਿਹਾਨ ਲੈਣਾ ਉਸ ਪਖੀ ਹੋਈ ਆਵਾਜ਼ 'ਚ ਉਹਦੀਆਂ ਅੱਖਾਂ ਵਿੱਚ ਹੋ ਕੇ ਤੱਕਦਿਆਂ ਗਿਆ ਹੋਰ ਕਈ ਭਾਂਤਾਂ ਦੇ ਤਾਂ ਪਰਖ ਲਏ ਆ ਤੁਹਾਡੇ ਵਰਗਿਆਂ ਦੀ ਵਾਰੀ ਹੈ ਯਾਦ ਹੈ ਨਾ ਤੁਸੀਂ ਫੜਾ ਮਾਰਦੇ ਹੁੰਨੇ ਹੋ ਪਤਾ ਨਹੀਂ ਸਰਸਰੀ ਕਹਿੰਦੇ ਹੋ ਮੈਂ ਕਿਸੇ ਤਿੰਨਾਂ ਬੱਚਿਆਂ ਦੀ ਮਾਂ ਨਾਲ ਵੀ ਵਿਆਹ ਕਰਵਾ ਸਕਦਾ ਨਾ ਹੋਇਆ ਤਾਂ ਕੋਈ ਫਰਕ ਨਹੀਂ ਕੋਈ ਚੰਗੀ ਸਾਥਣ ਮਿਲ ਗਈ ਤਾਂ ਤੁਰੇ ਜਾਂਦੇ ਵੀ ਕਰਵਾ ਲੈਣਾ ਭਾਵੇਂ ਕੋਈ ਜੁਲਾਹੀ ਤੇਲਣ ਵੀ ਹੋਵੇ ਯਾਦ ਹਨ ਚੰਗੀ ਤਰ੍ਹਾਂ ਯਾਦ ਹੈ ਹੁਣ ਸੁਰਿੰਦਰ ਵਿਆੰਗ ਨਾਲ ਮੁਸਕਰਾਇਆ ਤੇ ਰਤਨ ਰੋਹੀ ਹਵਾਸ ਬੋਲਿਆ ਜੇ ਧਿਆਨ ਲੈਣ ਦੀ ਸਲਾਹ ਬਣਾਈ ਹੈ ਤਾਂ ਬਸ ਮੇਰੀ ਉਹ ਸ਼ਰਤ ਯਾਦ ਰੱਖਿਓ ਕਿ ਪਰਚਾ ਮੇਰੀ ਪੱਧਰ ਦਾ ਹੋਵੇ ਫਿਰ ਸਾਰੇ ਦੇ ਸਾਰੇ ਸਵਾਲ ਮੈਂ ਕੱਢ ਸਕਦਾ ਔਖੇ ਚਾਹੀ ਕਿੰਨੇ ਹੋਣ ਚੰਗਾ ਫਿਰ ਤਿਆਰ ਹੋ ਜਾਓ ਮੈਂ ਪਰਚਾ ਪਾਉਣ ਲੱਗਿਆਂ ਪਹਿਲਾ ਸਵਾਲ ਹੈ ਕੁੜੀ ਦੀ ਉਮਰ ਥੋੜੇ ਨਾਲੋਂ 5 6 ਵੇਰ ਵੱਡੀ ਹੋਵੇ ਤਾਂ ਕੋਈ ਤਰਾਸ ਚਾਹੇ 10 ਵਰੇ ਹੋਵੇ ਚਾਰ ਨਿਆਣੇ ਵੀ ਹੋਣ ਕਾਲਾ ਰੰਗ ਹੋਵੇ ਮੋٹے ਨੈਣ ਨਕਸ਼ੂਣ ਪਰ ਅੰਦਰੋਂ ਨਿਰੀ ਤੀਵੀ ਹੋਵੇ ਤੀਵੀ ਵਾਲੇ ਗੁਣਾ ਦੇ ਨਾਲ ਜੇ ਮੱਖੀ ਦੇ ਡੰਗ ਵਰਗਾ ਕੰਡਾ ਵੀ ਹੋਵੇ ਫਿਰ ਤਾਂ ਪੁੱਛਣਾ ਹੀ ਕੀ ਹੈ ਇਹ ਤੁਹਾਨੂੰ ਪਤਾ ਹੈ ਕਿ ਤੀਵੀ ਦੇ ਇਹਨਾਂ ਗੁਣਾ ਬਾਰੇ ਤੁਸੀਂ ਮੇਰੇ ਕੋਲ ਕਈ ਵਾਰੀ ਸਰਸਰੀ ਗੱਲਾਂ ਕੀਤੀਆਂ ਚੰਗੀ ਤਰ੍ਹਾਂ ਪਤਾ ਹੈ ਹਰ ਜ ਕੋਈ ਨਹੀਂ ਫਿਰ ਦੁਹਰਾ ਦਿਨਾ ਤੀਵੀ ਦੇ ਗੁਣਾ ਤੋਂ ਮੇਰਾ ਭਾਵ ਸਿਰਫ ਇਹ ਹੈ ਕਿ ਸਾਥ ਨੂੰ ਹੋਵੇ ਮੇਰੇ ਨਾਲ ਰਲ ਕੇ ਹਰ ਦੁੱਖ ਸੁੱਖ ਚੱਲ ਸਕੇ ਲੋੜ ਵੇਲੇ ਮੇਰੀ ਮਾਂ ਦੀ ਮੇਰੇ ਪਰਿਵਾਰ ਦੀ ਸਹਾਇਤਾ ਵੀ ਕਰ ਸਕੇ ਪਰ ਜੇ ਲੋੜ ਪਵੇ ਤਾਂ ਮੇਰੇ ਨਾਲ ਵੀ ਬਿਘਿਆੜੀ ਵਾਂਗ ਲੜ ਸਕੇ ਮੈਨੂੰ ਪਾੜ ਕੇ ਲੀਰੋ ਲੀਰ ਕਰਨ ਤਾਈਂ ਵੀ ਜਾਵੇ ਬਾਹਰੋਂ ਅੰਦਰੋਂ ਸੁੱਚੀ ਹੋਵੇ ਤੇ ਬਸ ਪਰ ਇਹ ਤਾਂ ਭਾਰਤੀ ਔਰਤ ਦਾ ਸੁਭਾਅ ਨਹੀਂ ਅਸਲ ਭਾਰਤੀ ਤਿਵੀ ਦਾ ਇਹੋ ਸੁਭਾਅ ਹੈ ਤੁਹਾਡਾ ਇਹ ਤੁਹਾਡਾ ਖਿਆਲ ਹੋਣਾ ਕਿ ਇਹ ਤਾਂ ਮੀਮਾ ਭਾਵ ਯੂਰਪੀਅਨ ਤਿਵੀਆਂ ਹੀ ਕਰ ਸਕਦੀਆਂ ਪਰ ਬਗੀਆਂ ਪਿੱਲੀਆਂ ਤੀਵੀਆਂ ਜਿਨ੍ਹਾਂ ਨੂੰ ਲੋਕ ਮੇਮਾ ਕਹਿੰਦੇ ਆ ਮੈਨੂੰ ਉਹਨਾਂ ਤੋਂ ਘਿਰਨਾ ਉਹ ਸਿਰਫ ਅੰਦਰ ਵੜ ਕੇ ਖਸਮਾਂ ਦੇ ਹੱਥਾਂ ਤੇ ਦੰਦੀਆਂ ਵੱਢ ਸਕਦੀਆਂ ਆ ਆਜ਼ਾਦੀ ਦੇ ਨਾਂ ਤੇ ਆਪਣੇ ਕੰਮ ਨੂੰ ਸੰਤੁਸ਼ਟ ਕਰਨ ਲਈ ਕਲੱਬਾਂ 'ਚ ਜਾ ਕੇ ਸ਼ਰਾਬਾਂ ਪੀ ਸਕਦੀਆਂ ਪਰ ਸਾਡੇ ਪਿੰਡੋ ਵਾਲੀ ਮਾਲੀ ਝੁਲਾਈ ਵਾਂਗੂੰ ਸ਼ਰੀਆਮ ਗਲੀ ਚ ਖੜੋ ਕੇ ਆਪਣੇ ਖਸਮ ਨੂੰ ਗਾਲਾਂ ਨਹੀਂ ਕੱਢ ਸਕਦੀਆਂ ਉਹਨੂੰ ਗਵਾਂਢਣ ਦੇ ਘਰੋਂ ਜੁੰਡਿਆਂ ਤੋਂ ਫੜ ਕੇ ਕਢੀਸਦਿਆਂ ਲੋਕਾਂ ਸਾਹਮਣੇ ਸਾਥ 'ਚ ਨਹੀਂ ਲਿਆ ਸਕਦੀਆਂ ਤੇ ਕਸੇ ਹੋਏ ਬਾਰ ਬਾਰ ਕਹੇ ਪਰ ਸੱਚੇ ਸ਼ਬਦਾਂ 'ਚ ਚਾਂਸੀ ਦੀ ਰਾਣੀ ਵਾਂਗ ਮੈਦਾਨ 'ਚ ਸ਼ੇਣੀ ਵਾਂਗ ਗੱਜ ਨਹੀਂ ਸਕਦੀਆਂ ਸਿਰਫ ਪਿਕਨਿਕ ਤੇ ਜਾਂਦੀਆਂ ਖਰੂਦੀ ਮੁੰਡਿਆਂ ਵਾਂਗ ਚੀਕਾ ਮਾਰ ਮਾਰ ਰਾਹ ਜਾਂਦੇ ਲੋਕਾਂ ਉੱਤੇ ਗਲੇ ਸੜੇ ਆਂਡੇ ਜਾਂ ਟਮਾਟਰ ਹੀ ਸੁੱਟ ਸਕਦੀਆਂ ਤੁਹਾਡਾ ਇਹ ਲੈਕਚਰ ਮੈਂ ਪਹਿਲੀ ਵਾਰੀ ਸ਼ਾਇਦ ਨਹੀਂ ਸੁਣ ਰਹੀ ਤੇ ਨਾ ਹੀ ਮੈਨ ਤੁਹਾਨੂੰ ਪਹਿਲੀ ਵਾਰੀ ਮਿਲੀ ਹਾਂ ਗੱਲ ਠੇਬੇ ਛੱਤਰ ਵਾਂਗ ਵਧਾਓ ਨਾ ਸਿੱਧਾ ਜਵਾਬ ਦਿਓ ਸਵਾਲ ਬਿਲਕੁਲ ਸਿੱਧਾ ਹੈ ਕੀ ਤੁਸੀਂ ਕਿਸੇ ਮੇਰੇ ਵਰਗੀ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਸੁਰਿੰਦਰ ਦੀਆਂ ਅੱਖਾਂ ਤੋੜੇ ਲੱਗ ਗਈਆਂ ਘੂਰ ਕੇ ਉਸ ਵੱਲ ਵੇਖਿਆ ਤੇ ਫਿਰ ਅੱਖਾਂ ਦੀ ਬੋਲੀ ਦੇ ਸ਼ਬਦ ਭਾਵ ਜਾਣਨ ਤੇ ਯਤਨ ਕਰਦਿਆਂ ਬੋਲਿਆ ਗੱਲ ਅਜੇ ਵੀ ਮੇਰੀ ਸਮਝ ਨਹੀਂ ਆਈ ਅਧੂਰੀ ਹੈ ਪੂਰੀ ਕਰ ਦਿੰਨੀ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਕਰਵਾ ਸਕਦਾ ਉਸ ਜਿਵੇਂ ਬਿਨਾਂ ਸੋਚਿਆ ਨਿਜ ਅੱਖੋ ਕੇ ਕਿਹਾ ਫਿਰ ਪਰੇ ਸੋਚ ਲਓ ਤੁਸੀਂ ਕਿਸ ਨਾਲ ਕੀ ਗੱਲ ਕਰ ਰਹੇ ਹੋ ਤੁਹਾਡਾ ਖਿਆਲ ਹੈ ਮੈਂ ਸਭ ਬਿਨਾਂ ਸੋਚਿਆ ਕਹਿ ਨਹੀਂ ਪਈਆਂ ਹੀਰਾ ਦੇਵੀ ਦੀਆਂ ਅੱਖਾਂ ਇੱਕਦਮ ਚੰਗਿਆੜਿਆਂ ਵਾਂਗ ਭੱਕ ਪਈਆਂ ਮੈਂ ਐਸੇ ਮੱਖੀ ਦੇ ਡੰਗ ਦੀ ਗੱਲ ਕੀਤੀ ਸੀ ਸੁਰਿੰਦਰ ਮੁਸਕੁਰਾਇਆ ਤੇ ਆਪਣਾ ਸੱਜਾ ਹੱਥ ਉਸ ਵੱਲ ਵਧਾਉਂਦਿਆਂ ਬੋਲਿਆ ਫੇਰ ਠੀਕ ਹੈ ਹੀਰਾ ਦੇਵੀ ਨੇ ਆਪਣਾ ਕਰੜਾ ਹੱਥ ਮਰਦਾਂ ਵਰਗੀ ਦਲੇਰੀ ਨਾਲ ਉਸ ਵੱਲ ਵਧਾਇਆ ਤੇ ਉਹਦੇ ਹੱਡੜ ਹੱਥ ਨੂੰ ਘੁੱਟ ਲਿਆ ਮਿਹਰਬਾਨੀ ਸੁਰਿੰਦਰ ਨੇ ਗੰਭੀਰ ਪਰ ਰਤਾ ਥਿਰਕਵੀਂ ਆਵਾਜ਼ ਛੱਡ ਗਿਆ ਤੇ ਕੁਰਸੀ ਤੋਂ ਉੱਠਦੇ ਹੋਏ ਸਿੱਧਾ ਉਹਦੀਆਂ ਅੱਖਾਂ 'ਚ ਤੱਕ ਕੇ ਮੁਸਕਰਾਉਂਦਿਆਂ ਬੋਲਿਆ ਬਾਕੀ ਫੇਰ ਸੇ ਹੁਣ ਮੇਰਾ ਪੀਰੀਅਡ ਲੱਗਿਆ ਹੋਇਆ ਹੈ। ਧੰਨਵਾਦ।